ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਓਂਕਾਰ ਸਤਿ ਪ੍ਰਸਾਦ, ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਰਾਤਨ ਪਰਿਵਾਰ ਪੰਨਾ ਸ਼ਬਦ ਗਾਉਣ, ਸਤਿਗੁਰੂ ਮੈਂ ਪਾਇਆ। ਅੰਡਾਲ ਜੋ ਤੂੰ ਮਨ ਮੇਰੇ ਦੁੱਖ ਸਭ ਸਹਾਰਾ, ਸਭਨਾ ਦਾ ਸਮਰਥ ਸੁਆਮੀ ਸੁਖਮੁਖ ਸਾਰੇ। ਤੁਰ ਕਰ ਗੁਰ ਪਾਇਆ ਜਗਤ ਕੋ ਸੇਨਾ ਮਾਰ ਕੇ ਨਾ, ਸਤਿਗੁਰੂ ਜੀ ਉਹ ਕਿਰਪਾ ਕਰਨੀ, ਜਿਸ ਤਰ੍ਹਾਂ ਸਰਦਾਰ ਮਨਜੀਤ ਸਿੰਘ ਗੁਰੂ ਘਰ ਦੇ ਸੇਵਾਦਾਰ ਸਨ, ਨਿਤਨੇਮੀ ਸਨ, ਇਸੇ ਤਰ੍ਹਾਂ ਪਰਿਵਾਰ ਬੱਚਿਆਂ ਦੇ ਸੀਸ ਉੱਤੇ ਰਹਿਮਤ ਭਰਿਆ ਹੱਥ ਰੱਖ ਕੇ ਉਹਨਾਂ ਵੱਲੋਂ ਦਰਸਾਏ ਹੋਏ ਮਾਰਗ ਉੱਤੇ ਚੱਲਣ ਦਾ, ਬੱਚਿਆਂ ਨੂੰ ਬਲ ਬਖਸ਼ਿਸ਼ ਕਰਨਾ, ਸਮੁੱਚੇ ਪਰਿਵਾਰ ਵਿੱਚ ਆਪਸੀ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਆਪ ਜੀ ਦੇ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ, ਆਪ ਜੀ ਦੇ ਅੰਗਾਂ ਨਾਲ ਸੁਸ਼ੋਭਿਤ ਹਨ, ਅੰਗੀਕਾਰ ਕਰਨੇ, ਸੇਵਕਾਂ ਦੇ ਪਰਦੇ ਕੱਜਣੇ, ਇੱਜ਼ਤ ਪਤ ਰੱਖਣੀ, ਹਾਲਤ ਪਲਤ ਸਹਾਈ ਹੋਣਾ, ਆਪ ਜੀ ਦੇ ਹਾਜ਼ੂਰ ਸ਼ਬਦ ਕੀਰਤਨ, ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ, ਆਪ ਜੀ ਦੇ ਹਾਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਅੱਜ ਇਹ ਆਮ ਇਕੱਠ ਨਹੀਂ ਹੈਗਾ, ਇਹ ਪ੍ਰਤੀਨਿਧ ਇਕੱਠ ਹੈ ਸਿੰਘ ਸਭਾਵਾਂ, ਜਥੇਬੰਦੀਆਂ, ਸੰਸਥਾਵਾਂ ਦੇ ਮੁਖੀ ਸੱਜਣ ਦੂਰੋਂ ਨੇੜਿਓਂ ਚੱਲ ਕੇ ਆਏ ਨੇ। ਸਾਰਿਆਂ ਨੇ ਹੀ ਆਪਣੀ ਭਾਵਨਾ ਅਨੁਸਾਰ ਸ਼ਰਧਾ ਸਤਿਕਾਰ ਭੇਟ ਕੀਤਾ ਹੈ ਅਤੇ ਭੇਟ ਕਰਨਾ ਹੈ। ਮੈਂ ਸਮੇਂ ਦੀ ਮੰਗ ਅਨੁਸਾਰ, ਸਤਿਗੁਰੂ ਜੀ ਦਾ ਪਾਵਨ ਸ਼ਬਦ ਹੈ ਕਿ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ, ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਿੱਖ ਪੰਥ ਦੇ ਮਹਾਨ ਆਗੂ। ਉਸ ਦੀ ਹਿੰਮਤ ਨਾਲ ਇਹ ਦੋ ਲੀਡਰ ਇਕੱਠੇ ਹੋਏ, ਮੁੜ ਅਕਾਲੀ ਸਰਕਾਰ ਆਈ। ਚਾਹੇ ਸਰਕਾਰ ਆਉਣ ਬਾਅਦ ਹਾਲਾਤ ਐਸੇ ਕਿ ਲੀਡਰਸ਼ਿਪ ਨੇ ਕਲਕੱਤਾ ਦਾ ਮੁੱਲ ਨਾ ਪਾਇਆ। ਇਹ ਹਮੇਸ਼ਾ ਬੜੇ ਵਾਰੀ ਪੜਿਆ, ਮਾਲੀ ਤੂੰ ਬਾਗ ਕੋ ਕਿਉਂ ਇਸ ਲਈ ਸੀਚਾ ਤਾ ਕਿ ਤੇਰੀ ਨਜ਼ਰੇ ਮੌਸਮੇ ਬਹਾਰ ਕੋ ਤਰਸੇ। ਸੋ ਕਲਕੱਤਾ ਉਡੀਕਦਾ ਹੀ ਰਿਹਾ, ਸਾਡੀ ਲੀਡਰਸ਼ਿਪ ਨੇ ਉਹਦੀ ਕੀਤੇ ਕੁਰਬਾਨੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫਰਮਾਨ ਹੈ, ਜੇ ਜਾਣਾ ਮਰ ਜਾਈਏ, ਜੇ ਜਾਣਾ ਮਰ ਜਾਈਏ, ਘੁੰਮਣਾ ਆਈਏ, ਝੂਠੀ ਦੁਨੀਆ ਲੱਗ ਨਾ ਆਪ ਮੰਜਾਈਏ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ। ਬਾਬਾ ਫਰੀਦ ਦਾ ਫਰਮਾਨ ਹੈ, ਜੇ ਪਤਾ ਹੈ ਮਰ ਜਾਣਾ ਔਰ ਮਰਨ ਤੋਂ ਬਾਅਦ ਫਿਰ ਵਾਪਸ ਨਹੀਂ ਆਉਣਾ, ਫਿਰ ਝੂਠ ਕਿਉਂ ਬੋਲਦਾ, ਫਿਰ ਧਰਮ ਤੋਂ ਕਿਉਂ ਹਟਦਾ। ਵੱਡੇ ਵੀਰ ਸਰਦਾਰ ਮਨਜੀਤ ਸਿੰਘ ਜੀ ਕਲਕੱਤਾ ਅਤੇ ਆਜ਼ਾਦ ਸਮਾਗਮ ਵਿੱਚ ਸ਼ਾਮਿਲ ਗੁਰੂ ਪਿਆਰੀ ਸਾਧ ਸੰਗਤ ਜੀ, ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਿਹਾ,
ਜਿਸ ਆਸਣ ਹਮ ਬੈਠੇ ਕੇਤੇ ਵੈਸ ਗਿਆ ਅਤੇ ਪੰਥਕ ਆਸਣ ਵਿੱਚ ਵੀ ਸਾਡੇ ਪਰਿਵਾਰ ਵਿੱਚ ਵੀ ਇੱਕ ਆਸਣ ਅੱਜ ਖਾਲੀ ਹੋ ਗਿਆ ਹੈ। ਜਿੰਨਾ ਸਮਾਂ ਸਰਦਾਰ ਮਨਜੀਤ ਸਿੰਘ ਜੀ ਨੂੰ ਇਸ ਸੰਸਾਰ 'ਤੇ ਰਹਿਣ ਲਈ ਬਖਸ਼ਿਸ਼ ਕੀਤਾ ਸੀ ਉਹਦੀ ਉਹ ਬਹੁਤ ਸੁਚੱਜੀ ਵਰਤੋਂ ਕਰਕੇ ਸਾਡੇ ਸਭ ਪਾਸੋਂ ਸਰੀਰਕ ਤੌਰ 'ਤੇ ਰੁਖਸਤ ਹੋ ਚੁੱਕੇ ਹਨ ਔਰ ਅੱਜ ਜੋ ਪੰਥਕ ਮਰਿਆਦਾ ਨਿਰਧਾਰਿਤ ਕੀਤੀ ਗਈ ਹੈ ਉਹਦਾ ਪਾਲਣ ਸਰਦਾਰ ਮਨਜੀਤ ਸਿੰਘ ਦਾ ਸਮੁੱਚਾ ਪਰਿਵਾਰ ਅਤੇ ਉਹਨਾਂ ਨਾਲ ਸਰੇਹ ਰੱਖਣ ਵਾਲੇ ਸਾਰੇ ਉਸ ਮਰਿਆਦਾ ਦਾ ਪਾਲਣ ਕਰ ਰਹੇ ਹਨ। ਉਹਨਾਂ ਦੇ ਜੀਵਨ ਦੀ ਬੜੀ ਅਜੀਬ ਘਟਨਾ ਆ ਜਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪ੍ਰਧਾਨ ਬਣਨ ਲੱਗੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਸਨ ਬਣਦੇ ਉਹਨਾਂ ਦੇ ਮਨ ਵਿੱਚ ਸੀ ਕਿ ਜੋ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਦਾ ਸੀ ਉਹਦਾ ਸਾਰਾ ਜੀਵਨ ਗੁਰਮਤ ਅਨੁਸਾਰ ਹੁੰਦਾ ਸੀ ਉਹਦੀ ਜੀਵਨ ਜਾਚ ਸਾਰੀ ਗੁਰਮਰਿਆਦਾ ਅਨੁਸਾਰ ਹੁੰਦੀ। ਮੈਂ ਇੱਕ ਗੱਲ ਬੜੇ ਮਨ ਨਾਲ ਗੌਰਵ ਨਾਲ ਔਰ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਸਹੀ ਮਾਇਨਿਆਂ ਵਿੱਚ ਅਕਾਲੀ ਕਿਹੋ ਜਿਹਾ ਹੋਣਾ ਚਾਹੀਦਾ ਅਕਾਲੀ ਦਲ ਦਾ ਪਹਿਰਾਵਾ ਸੋਚ ਵਿਵਹਾਰ ਆਚਰਨ ਕਿਹੋ ਜਿਹਾ ਹੋਣਾ ਚਾਹੀਦਾ ਇਹ ਸਾਰੀਆਂ ਗੱਲਾਂ ਦਾ ਜੇ ਕਿਸੇ ਨੇ ਕੋਈ ਦੇਖਣਾ ਹੋਵੇ ਤਾਂ ਸਾ ਮਨਜੀਤ ਸਿੰਘ ਕਲਕੱਤੇ 'ਚੋਂ ਲੱਭੀਆਂ ਜਾ ਸਕਦਾ। ਸੋ ਬਹੁਤ ਵੱਡਾ ਸਾਡੇ ਲਈ ਉਹ ਇੱਕ ਚਾਨਣ ਮਰਾਰਾ ਸੀ ਮੇਰੇ ਤਾਂ ਉਹ ਬਹੁਤ ਹੀ ਨਜ਼ਦੀਕੀ ਮਿੱਤਰਾਂ 'ਚੋਂ ਮੈਂ ਪਰਿਵਾਰ ਨੂੰ ਇਹੀ ਵਿਸ਼ਵਾਸ ਦਵਾ ਸਕਦਾ ਬੇਟੇ ਨੂੰ ਬੇਟੀਆਂ ਨੂੰ ਕਿ ਉਹਨਾਂ ਨੇ ਪੰਥ ਦੀ ਜੋ ਸੇਵਾ ਮੈਂ ਸਰਕਾਰ ਸਾਹਿਬ ਪ੍ਰਿੰਸੀਪਲ ਜਗਦੀਸ਼ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਮੇਰੀ ਸੁਣ ਲਓ ਜਰਾ ਤੁਸੀਂ ਕਲਕੱਤੇ ਆਏ ਹੋ ਅੰਮ੍ਰਿਤਸਰ ਜਿਹੜੀ ਸੁਣ ਲਓ ਪਹਿਲੇ ਖਾਲਸਾ ਜੀ ਬਹੁਤ ਬਹੁਤ ਉੱਚੀਆਂ ਗੱਲਾਂ ਸਰਦਾਰ ਮਨਜੀਤ ਸਿੰਘ ਬਾਰੇ ਹੋਈਆਂ ਗੱਲ ਕਰ ਸਕਦਾ ਸੀ ਅਤੇ ਉਹ ਸਰਦਾਰ ਮਨਜੀਤ ਸਿੰਘ ਕਲਕੱਤਾ ਸੀ ਅਤੇ ਨਾਲ ਸਰਦਾਰ ਪ੍ਰਕਾਸ਼ ਸਿੰਘ ਮਜੀਠਾ ਸੀ ਸਰਦਾਰ ਭਾਵ ਸਿੰਘ ਸੀ ਅਸੀਂ ਸਾਰੇ ਸਾਂ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਸਾਂ ਅਤੇ ਸਰਦਾਰ ਕਲਕੱਤਾ ਪਤਾ ਰਹਿੰਦਾ ਕਿੱਥੇ ਸੀ ਚੰਦੂ ਮਾਜਰਾ ਜੀ ਮਜੀਠਾ ਰੋਡ 'ਤੇ ਇੱਕ 75 ਗਜ਼ਾਂ ਦੇ ਘਰ ਦੇ ਵਿੱਚ ਜਿਹਦੇ 'ਚ ਇੱਕ ਕਮਰਾ ਅੱਗੇ ਸੀ ਅਤੇ ਦੋ ਕਮਰੇ ਡਿੱਗੇ ਡਿੱਗੇ ਪਿੱਛੇ ਸੀ ਅਤੇ ਨਾਲ ਰਸੋਈ ਸੀ ਉਸ ਘਰ ਦੇ ਵਿੱਚੋਂ ਮਨਜੀਤ ਸਿੰਘ ਕਲਕੱਤਾ ਵਜ਼ੀਰ ਵੀ ਬਣ ਗਿਆ ਅਤੇ ਉੱਥੇ ਰਿਹਾ। ਮੈਂ ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਕਰਦਾ ਭੁੱਲੋ ਚੁੱਕਾ ਦੀ ਕਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੇਤਾ
जो पीछे है सो तेरा।
तज गए घर बार
सिद्ध सत जगे घर बार तज गए घर बार तज गए घर बार सिंह जी कलकत्ता ਦੀ ਅੰਤਮ ਅਰਦਾਸ 'ਚ ਜੁੜ ਬੈਠੀ ਗੁਰੂ ਸਾਰੀ ਸਤਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਮਨਜੀਤ ਸਿੰਘ ਕਲਕੱਤਾ ਜਦੋਂ ਬੋਲਦੇ ਸੀ ਤਾਂ ਉਹਨਾਂ ਦੀ ਇੱਛਾ ਹੁੰਦੀ ਸੀ ਕਿ ਮੇਰੇ ਬੋਲਣ ਤੋਂ ਪਹਿਲਾਂ ਸ਼ਬਦ ਕੀਰਤਨ ਹੋਵੇ ਅਤੇ ਆਖਰੀ ਦਮ ਤੱਕ ਉਹ ਪੰਥ ਦੇ ਇਹਨਾਂ ਹੀਰੇ ਰਾਗੀਆਂ ਨੂੰ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਅਤੇ ਭਾਈ ਨਿਰਮਲ ਸਿੰਘ ਜੀ ਖਾਲਸਾ ਪਦਮ ਸ਼੍ਰੀ ਦੇ ਕੀਰਤਨ ਨੂੰ ਤਰਸਦੇ ਵੀ ਸੀ ਅਤੇ ਉਹਨਾਂ ਦੇ ਰੂਹ ਦੀ ਵੀ ਖੁਰਾਕ ਸੀ ਇਸੇ ਕਰਕੇ ਹੀ ਭਾਈ ਰਾਏ ਸਿੰਘ ਨੂੰ ਉਚੇਚੇ ਤੌਰ 'ਤੇ ਬੇਨਤੀ ਕੀਤੀ ਸੀ ਕਿ ਉਹ ਇਸ ਸਮੇਂ 'ਤੇ ਹਾਜ਼ਰੀ ਭਰ ਕੇ ਉਹਨਾਂ ਦੀ ਰੂਹ ਦੀ ਖੁਰਾਕ ਜਿਹੜੀ ਆ ਉਹ ਸੰਗਤਾਂ ਨੂੰ ਦੇਣਗੇ ਮੈਂ ਹਾਰਦਿਕ ਤੌਰ 'ਤੇ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਹਰੀ ਜਸ ਦੇ ਨਾਲ ਜੋੜਿਆ ਹੈ ਅਤੇ ਕੀਰਤਨ ਦੇ ਰੂਪ ਦੇ ਵਿੱਚ ਹਾਜ਼ਰੀ ਲਵਾਈ ਹੈ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਪਦਮ ਸ਼੍ਰੀ ਨੂੰ ਕਿ ਉਹ ਹੁਣ ਅੱਧੇ ਕੁ ਘੰਟੇ ਵਾਸਤੇ ਸੰਗਤਾਂ ਨੂੰ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਉਪਰੰਤ ਸ਼ਰਧਾ ਸਤਿਕਾਰ ਸਰਦਾਰ ਮਨਜੀਤ ਸਿੰਘ ਜੀ ਕਲਕੱਤਾ ਨੂੰ ਵੱਖ ਵੱਖ ਖੇਤਰਾਂ ਤੋਂ ਆਈਆਂ ਹੋਈਆਂ ਸ਼ਖਸੀਅਤਾਂ ਭੇਟ ਕਰਨਗੀਆਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਪਦਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿਆ ਪੂਰਤਾ
ग्रस्त सो सब फूलों की बगात ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਇਹ ਮਾਰਗ ਸੰਸਾਰ ਕੋ ਨਾਨਕ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਚਿੰਤਾ ਦਾ ਕੀ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ ਨਾਨਕ ਹਰ ਹਰ ਗਾਏ ਰਹਿ ਹਰ ਹਰ ਤੇਰਾ ਨਾਮ ਹੈ ਦੁੱਖ ਮੈਨੂੰ ਹਾਰਾ ਹਰ ਹਰ ਨਾਮ ਸਦਾ ਸੁਖਦਾਈ ਜਾਂ ਕੋ ਸਿਮਰਿਆ ਜਾਂ ਮਨ ਉਤਰਿਓ ਗੰਦਗਾ ਗੁਰਬਤ ਪਾਈ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਭ ਤੁਰਾਈ ਗੁਰ ਮੇਰੇ ਸੰਗ ਸਦਾ ਹੈ ਜ਼ਹੀਨ ਪੰਥਕ ਸ਼ਖਸੀਅਤ ਮੈਂ ਉੱਧਰ ਪਿੱਛੇ ਬੈਠਾ ਨਿਕਲ ਜਾ ਜੋ ਵੀ ਪੰਥ ਲਈ ਦਰਦ ਰੱਖਦਾ ਹੈ ਗੁਰਸਿੱਖ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਸੀ ਉਹਨਾਂ ਨੂੰ ਤਰਜੀਹ ਦਿੰਦਾ ਸੀ ਬਹੁਤ ਸੂਝਵਾਨ
ਬੜੇ ਪੜ੍ਹੇ ਲਿਖੇ ਔਰ ਬੜੀ ਹੀ ਇਮਾਨਦਾਰ ਸ਼ਖਸੀਅਤ ਜਿਹਨਾਂ ਦੀ ਯਾਦ ਵਿੱਚ ਸਿੱਟੜ ਬੈਠੇ ਜੋ ਵੀ ਜਿਸਮ ਜੋ ਵੀ ਸਰੀਰ ਜੋ ਸ਼ਖਸੀਅਤਾਂ ਉਹਨਾਂ ਨਾਲ ਪਿਆਰ ਕਰਦੀਆਂ ਸਨ ਉਹ ਪੁੱਜੀਆਂ ਹੋਈਆਂ ਨੇ ਪੁੱਜ ਰਹੀਆਂ ਨੇ ਜੀ ਆਇਆਂ ਨੂੰ ਤੁਰ ਤਾਂ ਸਾਰਿਆਂ ਨੇ ਜਾਣਾ ਇਸ ਸੰਸਾਰ ਤੋਂ ਕਿਸੇ ਨੇ ਰਹਿਣਾ ਨਹੀਂ ਪਰ ਕੁਝ ਲੋਕ ਬਹੁਤ ਪਿਆਰੀਆਂ ਯਾਦਾਂ ਛੱਡ ਜਾਂਦੇ ਨੇ ਇਹ ਰਹਿ ਜਾਂਦੀਆਂ ਨੇ ਮਗਰੋਂ ਕੁਝ ਲੋਕਾਂ ਦੀਆਂ ਯਾਦਾਂ ਅੱਖਰਾਂ ਵਿੱਚ ਉੱਕਰ ਜਾਂਦੀਆਂ ਨੇ ਦਿੱਲੀ ਤੋਂ ਮਹਾਨ ਸ਼ਖਸੀਅਤਾਂ ਪੁੱਜੀਆਂ ਨੇ ਸਿੰਘ ਸਾਹਿਬਾਨ ਪੁੱਜੇ ਨੇ ਰਾਜਨੀਤਿਕ ਲੋਕ ਧਾਰਮਿਕ ਸ਼ਖਸੀਅਤਾਂ ਉਹਨਾਂ ਦੇ ਸੱਜਣ ਮਿੱਤਰ ਚੋਣ ਵਾਲੇ ਸਾਰੇ ਪੁੱਜੇ ਨੇ ਉਹਨਾਂ ਵਿੱਚ ਅਸੀਂ ਵੀ ਸ਼ਾਮਲ ਹਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਸਨ ਉਸ ਦੌਰਾਨ ਉਹਨਾਂ ਚੀਫ ਖਾਲਸਾ ਨੇ ਸਰਵਿਸ ਸ਼ੁਰੂ ਕੀਤੀ ਸੀ ਗੁਰਮਤਿ ਸੰਗੀਤ ਵਿੱਚ ਉਹਨਾਂ ਦਾ ਬੜਾ ਯੋਗਦਾਨ ਸੀ ਬੜਾ ਖਿਆਲ ਰੱਖਦੇ ਸਨ ਕਿ ਦਰਬਾਰ ਸਾਹਿਬ ਦੀ ਜੋ ਮਰਿਆਦਾ ਹੈ ਕੀਰਤਨ ਦੀ ਅੱਛੀ ਤੁਰਦੀ ਰਹੇ ਤਮਾਮ ਪ੍ਰਚਾਰਕਾਂ ਦਾ ਵੀ ਸਤਿਕਾਰ ਕਰਦੇ ਸਨ ਤਹਿ ਦਿਲ ਸ਼ੁਕਰਗੁਜ਼ਾਰ ਹਾਂ ਗੁਰਮੁਖ ਪਰਿਵਾਰ ਦੇ ਜਿਨ੍ਹਾਂ ਨੇ ਚੀਸ ਖਾਕਸਾਰਾ ਨੂੰ ਯਾਦ ਕਰਦਿਆਂ ਸੰਗਤਾਂ ਦੀ ਕਦਮ ਬੋਸੀ ਦਾ ਸਮਾਂ ਬਖਸ਼ਿਆ ਕੀਰਤਨ ਕਰਦਿਆਂ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਭੁੱਲਾਂ ਚੁੱਕਾਂ ਦੀ ਖਿਮਾ ਦੇ ਦੇਣਾ ਜੀ ਆਨੰਦ ਸਾਹਿਬ ਜੀ ਦਾ ਪਾਠ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਹਰ ਜਨ ਹਰ ਗੋਬਿੰਦ ਨੋ ਸਿਮਰਾ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਸ ਡਿੱਠੈ ਸਭ ਦੁੱਖ ਜਾਇ ਏਕ ਬਹਾਦੁਰ ਸਿਮਰਿਆ ਘਰ ਨਉ ਨਿਤ ਆਵੈ ਧਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬਿਤਿਆ ਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਦ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ
ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਨੇ ਆਸਰਿਆਂ ਦਾ ਆਸਰਾ, ਸੱਚੇ ਪਿਤਾ ਵਾਹਿਗੁਰੂ ਜੀ ਅੰਤਰ ਜਾਮੀ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ, ਸੱਚੇ ਪਾਤਸ਼ਾਹ ਜੀਓ ਗੁਰਬਾਣੀ ਦੇ ਪਾਵਨ ਪਵਿੱਤਰ ਮਹਾਂਵਾਕ ਹਨ, ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਆ। ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਦਰ ਕਰਦੇ ਸੇਵਾਦਾਰ, ਆਪ ਜੀ ਦੇ ਚਰਨ ਸੇਵਕ, ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸਰਦਾਰ ਮਨਜੀਤ ਸਿੰਘ ਕਲਕੱਤਾ, ਆਪ ਜੀ ਪਾਸੋਂ ਸਵਾਸਾਂ ਦੀ ਦਾਤ ਲੈ ਕਰਕੇ ਮਾਤ ਲੋਕ ਤੇ ਆਏ ਸਨ। ਆਪ ਜੀ ਦੁਆਰਾ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਸੰਸਾਰ ਦੀ ਯਾਤਰਾ ਕਰਦਿਆਂ ਹੋਇਆ ਆਈ ਅੱਗੇ ਅਪਿਰਹੋ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ ਦੇ ਅਨੁਸਾਰ ਪਿਛਲੇ ਦਿਨੀ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਪਰਲੋਕ ਗਮਨ ਕਰ ਗਏ ਸਨ। ਲੇਖੈ ਕਤਹਿ ਨਾ ਛੁੱਟੀਐ ਖਿੰਨ ਖਿੰਨ ਭੁੱਲਨ ਹਾਰ, ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸੱਚੇ ਪਾਤਸ਼ਾਹ ਜੀਓ ਜੀਵ ਆਤਮਾ ਕੋਲੋਂ ਸੰਸਾਰ ਵਿੱਚ ਵਿਚਰਦਿਆਂ ਜਾਣੇ ਅਣਜਾਣੇ ਬੇਅੰਤ ਗਲਤੀਆਂ ਭੁੱਲਾਂ ਹੋਈਆਂ, ਆਪ ਜੀ ਕਿਰਪਾਲੂ ਦਿਆਲੂ ਬਖਸ਼ੰਦ ਪਿਤਾ ਹੋ ਬਖਸ਼ਣ ਹਾਰ ਹੋ, ਮੁਆਫੀ ਬਖਸ਼ਿਸ਼ ਕਰਕੇ ਕਹੇ ਕਬੀਰ ਸੁਣੋ ਰੇ ਸੰਤ ਹੋ, ਖੇਤ ਹੀ ਕਰੋ ਨਿਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭਵਜਲ ਫੇਰਾ ਵਾਲੀਆਂ ਬਖਸ਼ਿਸ਼ਾਂ ਕਰਦਿਆਂ ਹੋਇਆ 84 ਲੱਖ ਜੂਨਾਂ ਤੋਂ ਬਚਾ ਕੇ ਆਵਾ ਗਾਉਣ ਜਨਮ ਮਰਨ ਦਾ ਗੇੜ ਕੱਟ ਕੇ ਸਦੀਵ ਕਾਲ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਸਾਖਤਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਉਹ ਕਿਰਪਾ ਕਰਨੀ। ਜਿਸ ਤਰ੍ਹਾਂ ਸਰਦਾਰ ਮਨਜੀਤ ਸਿੰਘ ਗੁਰੂ ਘਰ ਦੇ ਸੇਵਾਦਾਰ ਸਨ, ਨਿਤਨੇਮੀ ਸਨ, ਇਸੇ ਤਰ੍ਹਾਂ ਪਰਿਵਾਰ ਬੱਚਿਆਂ ਦੇ ਸੀਸ ਉੱਤੇ ਰਹਿਮਤ ਭਰਿਆ ਹੱਥ ਰੱਖ ਕੇ ਉਹਨਾਂ ਵੱਲੋਂ ਦਰਸਾਏ ਹੋਏ ਮਾਰਗ ਉੱਤੇ ਚੱਲਣ ਦਾ, ਬੱਚਿਆਂ ਨੂੰ ਬਲ ਬਖਸ਼ਿਸ਼ ਕਰਨਾ, ਸਮੁੱਚੇ ਪਰਿਵਾਰ ਵਿੱਚ ਆਪਸੀ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਦੇ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ, ਆਪ ਜੀ ਦੇ ਅੰਗਾਂ ਨਾਲ ਸੁਸ਼ੋਭਿਤ ਹਨ, ਅੰਗੀਕਾਰ ਕਰਨੇ, ਸੇਵਕਾਂ ਦੇ ਪਰਦੇ ਕੱਜਣੇ, ਇੱਜ਼ਤ ਪਤ ਰੱਖਣੀ, ਹਾਲਤ ਪਲਤ ਸਹਾਈ ਹੋਣਾ। ਆਪ ਜੀ ਦੇ ਹਾਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ। ਆਪ ਜੀ ਦੇ ਹਾਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਅੱਗੇ ਬਖਸ਼ੋ, ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਦੁਹਰਾਗਿਆ ਭਈ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛਤਰ ਨਾ ਪੱਤਰ ਨਾ ਚੋਰ ਨਾ ਚਾਵਰ ਬਹਿਤੀ ਜਾਤ ਜਿਹਦੇ ਨਾ ਵਿਚਾਰੋ ਰੱਥ ਨਾ ਅਸਵ ਨਾ ਗੱਜ ਸਿੰਘਾਸਨ ਛਿਨਮੈ ਤਿਆਗਤ ਨਾਨ ਸਦਾਰੋ ਸੂਰ ਨਾ ਵੀਰ ਨਾ ਮੀਰ ਨਾ ਖਾਨਮ ਸੰਗ ਨਾ ਕਹੁ ਦ੍ਰਿਸ਼ਟ ਨਿਹਾਰੋ ਕੋਟ ਨਾ ਓਟ ਨਾ ਕੋਸ ਨਾ ਛੋਟਾ ਕਰਤ ਵਿਕਾਰ ਦਉ ਕਰ ਝਾਰੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਕੀ ਸ਼ਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਣ ਛਿਣ ਸਿਮਰੋ ਅਗਮ ਅਪਾਰੋ ਸ੍ਰੀ ਪਤਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰ ਤਾਰੋ ਸੰਸਾਰ ਅਗਮ ਸਾਗਰ ਤੁਲਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਪਗਾ ਇਹ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਆਈ ਜਿਨ ਜਨ ਕੇ ਤਿਨ ਕੋ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਅਵਲੋਕਿਆ ਬ੍ਰਹਮ ਪਰਮ ਸਭ ਛੁਟਕਿਆ ਦਿਪ ਦ੍ਰਿਸ਼ਟ ਕਾਰਨ ਕਰਨ ਸਤਿਗੁਰ ਗੁਰ ਸੇਵ ਅਲਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਕਰਨ ਸਤਿਗੁਰ ਗੁਰ ਸੇਵ ਅਲਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਕਰਨ ਗੁਰ ਬਿਨ ਕੋਰ ਅੰਧਾਰ ਗੁਰਬਿਨ ਸੁਰਤ ਨੇ ਗੁਰ ਕਰ ਸ਼ਬਦ ਅਛਪੁਨ ਅਗਨ ਕਟੈ ਸਭ ਤੇਰੇ ਗੁਰ ਨੈਣ ਬੈਨ ਗੁਰ ਗੁਰ ਕਰੋ ਗੁਰੂ ਛਤ ਕਵ ਨਲ ਕਹ ਤੇ ਅਕਿਆਤ ਸੰਸਾਰ ਮਹਿ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਭੁੱਲੇ ਸੁਤ ਦਾਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਵਿੱਚੋਂ ਅੱਜ ਇਹ ਆਮ ਇਕੱਠ ਨਹੀਂ ਹੈਗਾ ਇਹ ਪ੍ਰਤੀਨਿਧ ਇਕੱਠ ਹੈ ਸਿੰਘ ਸੁਭਾਵਾਂ ਜਥੇਬੰਦੀਆਂ ਸੰਸਥਾਵਾਂ ਦੇ ਮੁਖੀ ਸੱਜਣ ਦੂਰੋਂ ਨੇੜਿਓਂ ਚੱਲ ਕੇ ਆਏ ਨੇ ਸਾਰਿਆਂ ਨੇ ਹੀ ਆਪਣੀ ਭਾਵਨਾ ਅਨੁਸਾਰ ਸ਼ਰਧਾ ਸਤਿਕਾਰ ਭੇਟ ਕੀਤਾ ਹੈ ਅਤੇ ਭੇਟ ਕਰਨਾ ਹੈ ਮੈਂ ਸਮੇਂ ਦੀ ਮੰਗ ਅਨੁਸਾਰ ਸਤਿਗੁਰੂ ਜੀ ਦਾ ਪਾਵਨ ਸ਼ਬਦ ਹੈ ਕਿ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਿੱਖ ਪੰਥ ਦੇ ਮਹਾਨ ਆਗੂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਉਹ ਇਸ ਸਮੇਂ 'ਤੇ ਚੰਦ ਸ਼ਬਦ ਉਸ ਸੱਜਣ ਸੁਹੇਲੇ ਬਾਰੇ ਸੰਗਤਾਂ ਦੇ ਨਾਲ ਸਾਂਝੇ ਕਰਨਗੇ ਸਿੰਘ ਸਾਹਿਬ ਜੀ ਨੇ ਅਗਲੇ ਪ੍ਰੋਗਰਾਮ 'ਤੇ ਜਾਣਾ ਹੈ ਇਸ ਕਰਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਉਹਨਾਂ ਦੇ ਸਤਿਕਾਰ 'ਚ ਇੱਕ ਜਕਾਰਾ ਬੋਲੇ
ਸੋਨਿਹਾਰ ਜੁਗੋ ਜੋਗਿਆ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਸਰੂਪ ਸਾਧ ਸੰਗਤ ਜੀ, ਅੱਜ ਅਸੀਂ ਸਾਰੇ ਹੀ ਉਸ ਮਹਾਨ ਪਵਿੱਤਰ ਆਤਮਾ ਰੋਸ਼ਨੀ ਦਿਮਾਗ ਅਗਾਂਹ ਵਧੂ ਅਗਾਂਹ ਸੋਚੂ ਆਗੂ ਸਰਦਾਰ ਮਨਜੀਤ ਸਿੰਘ ਜੀ ਕਲਕੱਤਾ ਉਹਨਾਂ ਦੀ ਅਰਦਾਸ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਹਾਂ। ਸਿੰਘ ਸਾਹਿਬਾਨ, ਰਾਜਨੀਤਿਕ ਪਾਰਟੀਆਂ, ਧਾਰਮਿਕ ਜਥੇਬੰਦੀਆਂ, ਬੁੱਧੀਜੀਵੀਆਂ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ ਨੇ, ਜਿਨ੍ਹਾਂ ਦੀ ਹਾਜ਼ਰੀ ਡਾਕਟਰ ਰੂਪ ਸਿੰਘ ਜੀ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ ਸਮੇਂ ਸਿਰ ਲਵਾਉਣੀ ਹੈ। ਆਓ ਪਿਆਰ ਸਤਿਕਾਰ ਸਹਿਤ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਜੀਵਨ ਦੀ ਸੱਚਾਈ ਕੀ ਹੈ? ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਵਿਦਵਾਨ ਦੇ ਸ਼ਬਦ ਨੇ, ਨਾ ਪਾਏਦਾਰ ਦੁਨੀਆ ਜ਼ਿੰਦਗਾਨੀ ਹੈ ਇਸ ਕਦਰ, ਹਰ ਸਾਸ ਪਰ ਗੁਮਾਂ ਹੈ ਕਹੀਂ ਆਖਰੀ ਨਾ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਤੂੰ ਕਾਏ ਗਰਭ ਹੈ ਬਾਬਲੀ, ਜੈਸੇ ਭਾਦੋਂ ਖੂਮ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਐ ਇਨਸਾਨ ਤੇਰੀ ਮੁਨਿਆਦ, ਖੁੰਭਦੇ ਸਮੇਂ ਜਿੰਨੀ ਵੀ ਨਹੀਂ ਹੈ, ਕਿਸ ਗੱਲ ਦਾ ਹੰਕਾਰ ਕਰਦੇ, ਕਿਉਂਕਿ ਮੌਤ ਇੱਕ ਅਟਲ ਸੱਚਾਈ ਹੈ। ਰਾਣਾ ਰਾਓ ਨਾ ਕੋ ਰਹੇ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੇ ਧੀਰ, ਫਿਰ ਜੀਵਨ ਕਿਸ ਪ੍ਰਕਾਰ ਜਿਉਣਾ ਹੈ। ਸਰਦਾਰ ਮਨਜੀਤ ਸਿੰਘ ਜੀ ਕਲਕੱਤਾ ਸਾਹਿਬ, ਉਹਨਾਂ ਦਾ ਜੀਵਨ ਇੱਕ ਉੱਤਰ ਕਾਪੀ ਉੱਤਰ ਕਿਤਾਬ ਦੀ ਤਰ੍ਹਾਂ ਹੈ ਕਿ ਸਮਾਜ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ। ਉਹਨਾਂ ਨੇ ਵਜ਼ੀਰ ਬਣ ਕੇ ਦੱਸਿਆ, ਪੰਥ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ, ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਦੱਸਿਆ, ਔਰ ਇਮਾਨਦਾਰੀ ਉਹਨਾਂ ਨੇ ਕਿਸ ਤਰ੍ਹਾਂ ਨਿਭਾਈ, ਇਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਔਰ ਫੈਡਰੇਸ਼ਨ ਤੋਂ ਉਹਨਾਂ ਨੇ ਜੀਵਨ ਸ਼ੁਰੂ ਕੀਤਾ, ਵੱਡੀ ਗਿਣਤੀ ਵਿੱਚ ਫੈਡਰੇਸ਼ਨ ਵੀ ਹਾਜ਼ਰ ਹੈ। ਫੈਡਰੇਸ਼ਨ ਤੋਂ ਜੀਵਨ ਸ਼ੁਰੂ ਕਰਕੇ MLA ਬਣੇ, ਵਜ਼ੀਰ ਸਾਹਿਬ ਬਣੇ, ਮੁੱਖ ਸਕੱਤਰ ਬਣੇ, ਪਰ ਉਹਨਾਂ ਨੇ ਤਾਂ ਜ਼ਿੰਦਗੀ ਸਿਧਾਂਤ ਨਾਲ ਕਦੇ ਸਮਝੌਤਾ ਨਹੀਂ ਕੀਤਾ ਹੈ। ਅੱਜ ਲੋੜ ਹੈ ਸਾਨੂੰ ਗੁਰੂ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਜੀਵਨ ਬਤੀਤ ਕਰੀਏ, ਇਹੀ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਤੌਰ 'ਤੇ ਸਿੰਘ ਸਰ ਜੀ ਦਾ ਧੰਨਵਾਦ। ਹੁਣ ਮੈਂ ਨਿਮਰਤਾ ਸਰ ਬੇਨਤੀ ਕਰਾਂਗਾ, ਸਰਦਾਰ ਤਰਲੋਚਨ ਸਿੰਘ ਜੀ, ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ, ਉਹ ਸੰਗਤਾਂ ਦੇ ਦਰਸ਼ਨ ਕਰਨਗੇ। ਸਰਦਾਰ ਤਰਲੋਚਨ ਸਿੰਘ ਜੀ ਸਾਬਕਾ MP ਅਤੇ ਸਾਬਕਾ ਚੇਅਰਮੈਨ ਘੱਟ ਗਿਣਤੀ ਭਾਰਤ ਸਰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਗਤ ਵਿੱਚ ਬਹੁਤ ਹਸਤੀਆਂ ਬੈਠੇ ਹੋ, ਬੜੇ ਕੁਰਬਾਨੀ ਵਾਲੇ ਬੈਠੇ ਹੋ, ਬੜੇ ਵਿਦਵਾਨ ਬੈਠੇ ਹੋ, ਪਰ ਅੱਜ ਸਰ ਮਨਜੀਤ ਸਿੰਘ ਕਲਕੱਤਾ ਸਾਡੇ ਤੋਂ ਜਾ ਚੁੱਕੇ ਹਨ। ਕਲਕੱਤਾ ਦੇ ਜਾਣ ਨਾਲ ਇੱਕ ਇਸ ਯੁੱਗ ਦਾ ਇੱਕ ਐਸੀ ਕੜੀ ਟੁੱਟੀ ਹੈ ਕਿ ਜਿਸ ਦਾ ਮੈਂ ਸਮਝਦਾ ਕਿ ਕੋਈ ਹੁਣ ਬਦਲ ਨਹੀਂ ਹੈ। ਕਲਕੱਤਾ ਮਾਸਟਰ ਤਾਰਾ ਸਿੰਘ ਜੀ ਦੀ
ਜੋ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਟ੍ਰੇਨਿੰਗ ਸੀ ਉਹਦਾ ਅਖੀਰਲਾ ਉਹ ਇੱਕ ਵਿਅਕਤੀ ਸੀ ਜੋ ਮੈਂ ਸਮਝਦਾ ਡਾਕਟਰ ਬਲਕਾਰ ਸਿੰਘ ਦਾ ਲੇਖ ਪੰਜਾਬੀ ਟ੍ਰਿਬਿਊਨ 'ਚ ਪੜ੍ਹਿਆ ਕਿ ਇਹ ਮਾਸਟਰ ਤਾਰਾ ਸਿੰਘ ਜੀ ਅਤੇ ਚੌੜਾ ਸਾਹਿਬ ਦੀ ਜਿਹੜਾ ਪੁੱਲ ਸੀ ਔਰ ਉਸ ਪੁੱਲ ਦੀ ਟੁੱਟੀ ਦੀ ਅਖੀਰਲੀ ਬਾਈ ਕਲਕੱਤਾ ਸੀ। ਕਲਕੱਤਾ ਨੇ ਸਾਰੀ ਉਮਰ ਦੋਸਤੀ ਹਰ ਇੱਕ ਨਾਲ, ਲੇਕਿਨ ਪੰਥਕ ਰਿਹਾ, ਇੱਕ ਵਾਰੀ ਵੀ ਕੰਪਰੋਮਾਈਜ਼ ਨਹੀਂ ਕੀਤਾ ਆਪਣੀ ਕਾਨਸ਼ੀਅਸ ਨੂੰ। ਇਹ ਸਾਰਿਆਂ ਨੂੰ ਪਤਾ ਜਿੰਨੇ ਬੈਠੇ ਹੋ ਕਿ ਇਹ ਇਤਿਹਾਸਕ ਸੱਚਾਈ ਹੈ ਕਿ ਅਕਾਲੀ ਸਰਕਾਰ ਟੌੜਾ ਬਾਦਲ ਦੀ ਫੁੱਲ ਕਾਰਨ ਇਸ ਦਾ ਸਿਹਰਾ ਕਲਕੱਤਾ ਨੂੰ ਜਾਂਦਾ। ਉਸ ਦੀ ਹਿੰਮਤ ਨਾਲ ਇਹ ਦੋ ਲੀਡਰ ਇਕੱਠੇ ਹੋਏ, ਮੁੜ ਅਕਾਲੀ ਸਰਕਾਰ ਆਈ। ਚਾਹੇ ਸਰਕਾਰ ਆਉਣ ਬਾਅਦ ਹਾਲਾਤ ਐਸੇ ਕਿ ਲੀਡਰਸ਼ਿਪ ਨੇ ਕਲਕੱਤਾ ਦਾ ਮੁੱਲ ਨਾ ਪਾਇਆ। ਇਹ ਹਮੇਸ਼ਾ ਬੜੇ ਵਾਰੀ ਪੜਿਆ, ਮਾਲੀ ਤੂੰ ਬਾਕ ਹੋ ਕਿਉਂ ਇਸ ਲਈ ਸੀਚਾ ਥਾ ਕਿ ਤੇਰੀ ਨਜ਼ਰੇ ਮੌਸਮੇ ਬਹਾਰ ਕੋ ਤਰਸੇ। ਸੋ ਕਲਕੱਤਾ ਉਡੀਕਦਾ ਹੀ ਰਿਹਾ, ਸਾਡੀ ਲੀਡਰਸ਼ਿਪ ਨੇ ਉਹਦੀ ਕੀਤੇ ਕੁਰਬਾਨੀ ਦਾ ਮੁੱਲ ਨਾ ਪਾਇਆ। ਕਲਕੱਤਾ ਨੂੰ ਮੈਨੂੰ ਪਤਾ, ਬੜੇ ਉਹਦੇ ਦੋਸਤ ਹੋਰ ਵੀ ਬੈਠੇ ਹੋ, ਡਾਕਟਰ ਜਸਪਾਲ ਸਿੰਘ ਨੇ ਬਹੁਤ ਅੱਛੇ ਅੱਜ ਬੜੀ ਦੇਰ ਬੈਠੇ ਗੱਲਾਂ ਕਰੀਆਂ ਕੀ ਆ, ਕਿਉਂਕਿ ਮੈਂ ਸਮਝਦਾ ਇਸ ਵਕਤ ਸਿੱਖ ਕੌਮ ਵਿੱਚ ਸਹੀ ਰੂਪ ਵਿੱਚ ਸਿੱਖ ਵਿਦਵਾਨ ਡਾਕਟਰ ਜਸਪਾਲ ਸਿੰਘ ਅਤੇ ਡਾਕਟਰ ਬਲਕਾਰ ਸਿੰਘ, ਇਹਨਾਂ ਨੇ ਮੈਨੂੰ ਇਹ ਲਗਾਤਾਰ ਕਿਹਾ ਕਿ ਜੋ ਪੰਥਕ ਸੋਚ ਦਾ ਪਹਿਰਾ ਕਲਕੱਤਾ ਦੇ ਗਿਆ ਸ਼ਾਇਦ ਹੀ ਕੋਈ ਹੋਰ ਦੇ ਸਕੇ। ਇੱਕ ਯਾਦ ਰੱਖਿਓ, ਅੱਜ ਹਰ ਬੰਦਾ ਕਹਿੰਦਾ ਜੀ ਵਿਸ਼ਵ ਸੰਮੇਲਨ ਵਿਸ਼ਵ ਸੰਮੇਲਨ, ਪਹਿਲਾ ਸਿੱਖ ਵਿਸ਼ਵ ਸੰਮੇਲਨ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਬੈਠੇ ਨੇ, ਇਹ ਕਲਕੱਤਾ ਨੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਕਰਕੇ ਸਾਰੀ ਦੁਨੀਆ ਦੇ ਸਿੱਖਾਂ ਨੂੰ ਜੋੜ ਕੇ ਦਿਖਾਇਆ। ਅੱਜ ਲਿਆਕਤ ਦੀ ਗੱਲ ਕਰਦੇ ਹਾਂ, 1997 'ਚ ਕੁਈਨ ਐਲਜ਼ਬੈਥ ਆਈ, ਮਹਾਰਾਣੀ ਇੰਗਲੈਂਡ ਦੀ ਦਰਬਾਰ ਸਾਹਿਬ ਮੱਥਾ ਟੇਕਣ ਆਈ, ਇੱਕ ਮਹੀਨਾ ਮੀਟਿੰਗ ਆਉਂਦੀ ਰਹੀ, ਇੰਗਲੈਂਡ ਦਾ ਹਾਈ ਕਮਿਸ਼ਨਰ ਸਾਰੇ ਆਉਂਦੇ ਨੇ ਵੀ ਕਿਹੜਾ ਸਿੱਖ ਮਹਾਰਾਣੀ ਦੇ ਨਾਲ ਤੁਰ ਕੇ ਦੱਸੇਗਾ ਕਿ ਦਰਬਾਰ ਸਾਹਿਬ ਕੀ ਹੈ। ਦੱਸੋ ਕਿੱਡੀ ਵੱਡੀ ਇਹ ਇੱਕ ਇਮਤਿਹਾਨ ਸੀ। ਸਾਰੀ ਲੀਡਰਸ਼ਿਪ ਨੇ ਕਲਕੱਤਾ ਚੁਣਿਆ, ਇੱਕ ਘੰਟਾ ਮਹਾਰਾਣੀ ਨਾਲ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਉਹਨੇ ਅੰਗਰੇਜ਼ੀ ਵਿੱਚ ਸਿੱਖ ਇਤਿਹਾਸ ਅਤੇ ਸਿੱਖ ਦੀ ਜਾਣਕਾਰੀ ਦਿੱਤੀ। ਹੈ ਕੋਈ ਐਸਾ ਮੁੜ ਕੇ ਪਤਾ ਹੋਇਆ? ਇਹ ਹੈ ਕਲਕੱਤਾ ਦਾ ਇੱਕ ਕਿਰਦਾਰ, ਉਹਦੀ ਲਿਆਕਤ। ਵਾਹਿਗੁਰੂ ਕਰੇ ਸਾਨੂੰ ਸੁਮਤ ਬਖਸ਼ੇ ਕਿ ਸਿੱਖੀ ਨਾਲ ਸਾਡੀ ਕੀ ਸਾਂਝ, ਦੋਸਤੀਆਂ ਜਿੱਥੇ ਮਰਜ਼ੀ ਰੱਖੋ, ਪੰਥਕ ਹੋ ਕੇ ਦਿਖਾਓ। ਉਹ ਪੰਥਕ ਹੋ ਕੇ ਜਿਉਇਆ, ਪੰਥਕ ਹੋ ਕੇ ਹੀ ਮਰਿਆ। ਬੜੀਆਂ ਆਫਰਾਂ ਆਈਆਂ ਉਹਨੂੰ ਬੜੀਆਂ ਪਾਰਟੀਆਂ ਵੱਲੋਂ, MLA ਬਣ ਜਾ, MP ਬਣ ਜਾ, ਕਹਿੰਦਾ ਨਾ, ਮੈਂ ਮਰਨ ਤੱਕ ਪੰਥਕ ਰਹਿਣਾ, ਔਰ ਰਿਹਾ। ਇਹ ਸਭ ਨੂੰ ਪਤਾ। ਮੈਨੂੰ ਬੜਾ ਮੌਕਾ ਮਿਲਿਆ, ਮੈਂ ਜਦੋਂ ਵੀ ਦਿੱਲੀ ਆਉਂਦਾ, ਇੱਥੇ ਅੰਮ੍ਰਿਤਸਰ ਆਉਂਦਾ, ਨਿਰਮਲ ਨੇ, ਅਣਖੀ, ਮੈਂ, ਵਾਲੀਆ, ਉਹਦਾ ਜਿਹੜਾ ਖਾਸੋ ਖਾਸ, ਸਾਰੇ ਰੋਜ਼ ਇੱਕ ਸਟੱਡੀ ਸਰਕਲ ਲਾਉਂਦੇ, ਕਰਦੇ ਗੱਲਾਂ। ਇਤਨਾ ਵੱਡਾ ਨੌਲੇਜ ਦਾ ਭੰਡਾਰ ਸੀ ਉਹਦੇ ਕੋਲ, ਜੋ ਧਰਮ ਦਾ ਉਹਨੂੰ ਨੌਲੇਜ ਸੀ। ਔਰ ਅੱਜ ਇੱਕ ਗੱਲ ਹੋਰ ਕਹਿ ਕੇ ਮੈਂ ਬਹਿੰਦਾ, ਉਹ ਇੱਕੋ ਹੀ ਸਿੱਖ ਸੀ ਜਿਹਨੇ ਹਿੰਦੁਸਤਾਨ ਦੇ ਸਿੱਖਾਂ ਨੂੰ ਇੱਥੇ ਜੋੜ ਕੇ ਰੱਖਿਆ, ਇੱਕੋ ਸੀ ਜਿਹਨੇ ਦੁਨੀਆ ਦੇ ਬਾਹਰਲੇ ਸਿੱਖਾਂ ਦਾ ਵੀ ਉਹ ਜਾਣਕਾਰ ਸੀ। ਮੁੜ ਕੇ ਐਸਾ ਲਿੰਕ ਨਹੀਂ ਬਣਦਾ ਜਿਹੜੇ ਸਮੂਹ ਦੁਨੀਆ ਦੇ ਸਿੱਖਾਂ ਨੂੰ ਇਹਦੇ ਨਾਲ ਜੋੜਦਾ ਸੀ। ਵਾਹਿਗੁਰੂ ਕਰੇ ਜਿੱਥੇ ਹੈ ਗੁਰੂ ਉਸ ਤੋਂ ਸੇਵਾ ਲਵੇ। ਕੋਈ ਗਲਤੀਆਂ ਹਰ ਇੱਕ ਕੋਲ ਹੁੰਦੀਆਂ, ਕੋਈ ਐਸਾ ਨਹੀਂ ਗਲਤੀ ਨਾ ਕਰੇ, ਪਰ ਜੋ ਕਲਕੱਤਾ ਕਰ ਗਿਆ ਉਸ ਵਰਗਾ ਇਤਿਹਾਸ ਉਹਦੇ ਵਰਗਾ ਦੇਣ ਨਹੀਂ ਹੋ ਸਕਦੀ। ਮੈਨੂੰ ਕਲਕੱਤੇ ਇੱਕ ਸਿੱਖ ਯੂਨੀਵਰਸਿਟੀ ਬਣੀ ਹੈ, ਤਰਨਜੀਤ ਸੁਰਾਂ ਨੇ ਬਣਾਈ ਹੈ ਪਹਿਲੀ, ਉਹਨਾਂ ਦੇ ਚਾਂਸਲਰ ਆ, ਉਹਨਾਂ ਨੇ ਸਜਾਤਾ ਕਿ ਉਹਨਾਂ ਵੱਲੋਂ ਮੈਂ ਧੰਨਵਾਦ ਕਰਾਂ। ਸਾਡੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰ ਮਨਜੀਤ ਸਿੰਘ ਆਏ ਸੀ, ਕਿਉਂਕਿ ਕਲਕੱਤਾ ਸਾਹਿਬ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਰਹੇ, ਉਹ ਕਿਉਂਕਿ ਜਲਦੀ ਜਾਣਾ ਸੀ ਚਲੇ ਗਏ। ਹਿੰਦ ਸਾਹਿਬ ਆਏ, ਹੋਰ ਜਿੰਨੇ ਅਸੀਂ ਆਏ ਹਾਂ ਸਾਰੇ ਜੋ ਦਿੱਲੀ ਵਾਲੇ, ਉਹਨਾਂ ਸਾਰਿਆਂ ਵੱਲੋਂ ਮੈਂ ਅੱਜ ਜਿੱਥੇ ਉਹਨਾਂ ਨੂੰ ਸ਼ਰਧਾਂਜਲੀ ਦਿੰਦਾ, ਉੱਥੇ ਸਾਧ ਸੰਗਤ ਨੂੰ ਵੀ ਇਹ ਬੇਨਤੀ ਕਰਨਾ, ਗੁਰੂ ਦੇ ਨਾਲ ਲੜ ਲੱਗੋ, ਜੋ ਮਰਜ਼ੀ ਕਰੋ, ਗੁਰੂ ਦਾ ਲੜਨਾ ਛੱਡੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇੱਕ ਪੰਕਤੀ ਯਾਦ ਆਉਂਦੀ ਆ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਚ ਬੋਲਣਾ
ਤੇ ਸਮੇਂ ਸਿਰ ਸੱਚ ਬੋਲਣਾ ਸਰਦਾਰ ਮਨਜੀਤ ਸਿੰਘ ਕਲਕੱਤਾ ਦੇ ਹੱਕ ਵਿੱਚ ਹੀ ਗਿਆ, ਉਹੀ ਭੁਗਤੇ। ਸਤਿਗੁਰੂ ਜੀ ਇਹ ਵੀ ਕਹਿੰਦੇ ਨੇ ਕਿ ਦਾਵਾ ਅਗਨ ਬੋਤਰਣ ਜਾਲੇ ਕੋਈ ਹਰਿਆ ਬੂਟ ਰਿਓਰੀ, ਉਹ ਪੰਥ ਦਾ ਹਰਿਆ ਬੂਟ ਸੀ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਪਰਮਜੀਤ ਸਿੰਘ ਜੀ ਸਰਨਾ, ਸਾਬਕਾ ਪ੍ਰਧਾਨ ਦਿੱਲੀ ਸੋ ਗੁਰਦੁਆਰਾ ਕਮੇਟੀ, ਕਿ ਉਹ ਵੀ ਆਪਣੇ ਰੰਗਲੇ ਸੱਜਣ ਨੂੰ ਸ਼ਰਧਾ ਸਤਿਕਾਰ ਭੇਟ ਕਰਨ। ਸਰਦਾਰ ਪਰਮਜੀਤ ਸਿੰਘ ਜੀ ਸਰਨਾ, ਸਰਦਾਰ ਮਨਜੀਤ ਸਿੰਘ ਜੀ ਕਲਕੱਤਾ ਨੇ ਅਹੁਦੇ ਬਹੁਤ ਮਾਣੇ, ਪਰ ਜਿਹੜਾ ਨਾਮ ਆ ਉਹ ਕੇਵਲ ਇਹਨਾਂ ਕਹਿਣ ਦੇ ਨਾਲ, ਮਨਜੀਤ ਸਿੰਘ ਕਲਕੱਤਾ ਕਹਿਣ ਦੇ ਨਾਲ ਪਹਿਚਾਣ ਬਣਾਈ। ਇਸ ਦੀਆਂ ਸੁਭਾਗੀਆਂ ਸ਼ਖਸੀਅਤਾਂ ਕਦੇ ਕਦੇ ਇਸ ਸੰਸਾਰ 'ਤੇ ਆਉਂਦੀਆਂ ਨੇ। ਸਰਦਾਰ ਪਰਮਜੀਤ ਸਿੰਘ ਜੀ ਸਰਨਾ, ਪਰਮ ਸਤਿਕਾਰਯੋਗ ਗੁਰੂ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਪੰਥ ਦੇ ਸਤਿਕਾਰ ਸ਼ਖਸੀਅਤ ਸਰਦਾਰ ਮਨਜੀਤ ਸਿੰਘ ਦੇ ਅਰਦਾਸ ਸਮਾਗਮ ਨੂੰ ਸ਼ਾਮਲ ਹੋਇਆ, ਔਰ ਮੈਂ ਸਮਝਦਾ ਹਾਂ ਕਿ ਸਾਡਾ ਸੰਬੰਧ ਤਕਰੀਬਨ ਸਾਲ ਦੋ ਸਾਲ ਘੱਟ ਅੱਧੀ ਸਦੀ ਤੋਂ ਹੈ, ਔਰ ਦਿੱਲੀ ਦੇ ਵਿੱਚ ਕਲਕੱਤੇ ਤੋਂ ਆ ਕੇ ਦਿੱਲੀ ਗੁਰਦੁਆਰਾ ਪੰਥ ਕਮੇਟੀ ਨੂੰ ਹੱਕ ਦਵਾਉਣ ਵਾਸਤੇ ਸਭ ਤੋਂ ਮੂਹਰੇ ਹੋ ਕੇ ਉਹ ਸ਼ਖਸੀਅਤ ਦਿੱਲੀ ਦੇ ਕੁਛ ਸਿੱਖਾਂ ਦੇ ਨਾਲ ਹੋ ਕੇ ਲੜੇ ਸਨ, ਔਰ ਇਤਨੇ ਲੰਬੇ ਸਮੇਂ ਦੇ ਵਿੱਚ ਇਹ ਗੱਲ ਮੈਂ ਕਹਿ ਸਕਦਾ ਹਾਂ, ਜਿਸ ਤਰ੍ਹਾਂ ਮੇਰੇ ਤੋਂ ਪਹਿਲੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਉਹ ਐਸੀ ਸ਼ਖਸੀਅਤ ਸੀ ਜਿਹੜਾ ਧਾਰਮਿਕ ਪੱਖੋਂ, ਰਾਜਨੀਤਿਕ ਪੱਖੋਂ ਔਰ ਸਮਾਜਿਕ ਪੱਖੋਂ ਤਿੰਨੇ ਗੁਣਾਂ ਦੇ ਬਹੁਤ ਵੱਡੇ ਮਾਲਕ ਸਨ। ਮੈਂ ਆਪ ਕਈ ਵਾਰ ਦੇਖਿਆ ਔਰ ਆਪਣੇ ਕੰਨਾਂ ਦੇ ਨਾਲ ਸੁਣਿਆ ਬੈਠਿਆ ਹੋਇਆ ਕਿ ਜਦ ਵੀ ਸਿੱਖਾਂ ਦੀ ਸਰਮੋਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੋਈ ਇਹੋ ਜਿਹੀ ਘਟਨਾ ਆਉਣੀ ਤਾਂ ਉਸ ਵਕਤ ਦੇ ਜਥੇਦਾਰ ਸਾਹਿਬਾਨ ਨੇ ਸਰਦਾਰ ਮਨਜੀਤ ਸਿੰਘ ਕਲਕੱਤਾ ਕੋਲੋਂ ਰਾਏ ਲੈਣੀ ਅਤੇ ਉਸਦੇ ਮੁਤਾਬਕ ਆਪਣਾ ਅਮਲ ਕਰਨਾ। ਪੋਲੀਟੀਕਲੀ ਮੈਂ ਸਮਝਦਾ ਹਾਂ ਕਿ ਬੜੇ ਬੜੇ ਪੋਲੀਟੀਕਲ ਹਸਤੀਆਂ ਬੈਠੀਆਂ ਹਨ, ਪਰ ਜਿਤਨੀ ਪੋਲੀਟੀਕਲੀ ਸੂਝ ਬੂਝ ਔਰ ਦੂਰ ਅੰਦੇਸ਼ੀ ਉਹਨਾਂ ਨੂੰ ਸੀ, ਮੈਂ ਸਮਝਦਾ ਕਿ ਬਹੁਤ ਘੱਟ ਸਾਡੇ ਪੋਲੀਟੀਕਲ ਲੀਡਰਾਂ ਦੇ ਵਿੱਚ ਸੀ। ਔਰ ਸਭ ਤੋਂ ਵੱਡੀ ਗੱਲ ਸੀ ਕਿ ਹਰ ਚੀਜ਼ ਦੀ ਮਹਾਰਤ ਹੋਣ ਤੋਂ ਬਾਅਦ ਆਪਣੀ ਜਾਤ ਨੂੰ ਉਹਨਾਂ ਨੇ ਕਦੀ ਵੀ ਕਿਸੇ ਅੱਗੇ ਵੇਖਣ ਵਾਲੀ ਗੱਲ ਨਹੀਂ ਕੀਤੀ। ਜਿਸ ਤਰ੍ਹਾਂ ਸਰਦਾਰ ਤਰਲੋਚਨ ਸਿੰਘ ਕਹਿ ਕੇ ਗਏ ਬਈ ਸਰਦਾਰ ਮਨਜੀਤ ਸਿੰਘ ਤਾੜਦਾ ਹੀ ਰਹਿ ਗਿਆ, ਬਿਲਕੁਲ ਨਹੀਂ ਸੀ ਤਾੜਿਆ ਉਸਨੇ, ਉਹ ਤਾੜੇ ਨਾਲ ਇੱਕ ਸ਼ਖਸੀਅਤ ਹੁੰਦੀ ਅਤੇ ਫਿਰ ਸਮਝੌਤੇ ਜਿਹੜੇ ਮਰਜ਼ੀ ਕਰ ਲੈਂਦਾ। ਜੇ ਉਸਨੂੰ ਵਜ਼ੀਰੀ ਦੀ ਭੁੱਖ ਹੁੰਦੀ, ਰਾਜਨੀਤਿਕ ਭੁੱਖ ਹੁੰਦੀ, ਅਤੇ ਕਈਆਂ ਗੱਲ ਪਾਰਟੀਆਂ ਨੇ ਜਿਵੇਂ ਕਿਹਾ ਵੀ ਉਹਨਾਂ ਨੂੰ ਆਫਰ ਹੋਈ ਸੀ, ਪਰ ਉਹਨਾਂ ਨੇ ਇੱਕੋ ਗੱਲ ਕਹੀ ਸੀ ਜੰਮਣ ਦਾ ਅਕਾਲੀ ਹਾਂ, ਮਰਨ ਤੱਕ ਅਕਾਲੀ ਰਹਾਂਗਾ, ਕੁਝ ਮਿਲੇ ਨਾ ਮਿਲੇ ਅਲੱਗ ਹੈ। ਬਹੁਤ ਸਾਰੀਆਂ ਗੱਲਾਂ, ਪਰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ, ਪਿਛਲੇ ਸਮੇਂ ਤੋਂ ਮੈਨੂੰ ਉਸ ਵਕਤ ਬੜੀ ਖੁਸ਼ੀ ਹੋਈ ਜਦ ਅਸੀਂ ਤਕਰੀਬਨ 2.5 ਸਾਲ ਪਹਿਲਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਇਸ ਵਾਰ ਗੁਰਦੁਆਰਾ ਡੇਰਾ ਸਾਹਿਬ ਦੀ ਸੇਵਾ ਕਰਨ ਵਾਸਤੇ ਤੁਸੀਂ ਮੇਰੇ ਨਾਲ ਚੱਲਣਾ ਹੈ। ਕਹਿਣ ਲੱਗੇ ਮੇਰੀ ਸਿਹਤ ਨਹੀਂ ਬਣਦੀ। ਮੈਂ ਕਿਹਾ ਤਾਂ ਤੁਸੀਂ ਕਰਨਾ ਕੀ ਹੈ? ਮੈਂ ਕਿਹਾ ਜੋ ਕਹੋਗੇ ਕਰਾਂਗਾ, ਭਾਵੇਂ ਮੈਂ ਉੱਥੇ ਜਾ ਕੇ ਉਹਨਾਂ ਦੇ ਪਰਿਵਾਰ ਦੇ ਜਿੰਮੇ ਛੱਡਦਾ, ਆਪ ਉਹਦਾ ਟਾਈਮ ਨਹੀਂ ਦੇ ਸਕਿਆ, ਪਰ ਮੈਂ ਸਮਝਦਾ ਕਿ ਇੱਡੇ ਮਹਾਨ ਮੌਕੇ ਦੇ ਉੱਤੇ ਉਹਨਾਂ ਦਾ ਉੱਥੇ ਜਾਣਾ ਔਰ ਮੇਰੀ ਬੇਨਤੀ ਨੂੰ ਸਵੀਕਾਰ ਕਰਨਾ ਇੱਕ ਬਹੁਤ ਵੱਡੀ ਗੱਲ ਸੀ। 5-6 ਮਹੀਨੇ ਪਹਿਲਾਂ ਦਿੱਲੀ 'ਚ ਅਸੀਂ ਸਮਾਗਮ ਕੀਤਾ। ਮੈਂ ਕਿਹਾ ਇੱਕ ਮੈਂ ਬੇਨਤੀ ਕਰਨੀ ਹੈ ਕਿ ਤੁਸੀਂ 5 ਮਿੰਟਾਂ ਦੇ ਵਿੱਚ ਆਪਣੀ ਗੱਲ ਖਤਮ ਕਰਨੀ ਹੈ, ਕਿਉਂਕਿ ਤੁਹਾਡੇ ਵਾਸਤੇ ਮੈਂ ਸ਼ੁਕਰ ਹੈ, ਅੱਧੇ ਘੰਟੇ 'ਤੇ ਤੁਹਾਨੂੰ ਪਾਣੀ ਵੀ ਨਹੀਂ ਮੰਗਣਾ ਆਉਂਦਾ, ਸਾਹ ਨਹੀਂ ਨਿਕਲਦਾ, ਔਰ ਜੋ ਸਮਝਦਾ ਮੇਰੇ ਕੋਲ ਰਿਕਾਰਡ ਪਾਈਏ ਜੋ 5 ਮਿੰਟਾਂ ਦੇ ਵਿੱਚ ਉਸ ਸ਼ਖਸ ਨੇ ਆਪਣੀ ਸਪੀਚ ਦਿੱਤੀ, ਉਹ ਕਹਿੰਦੇ ਹਨ ਕਿ ਕੁਝ ਨੂੰ ਹੱਥੀ ਬੰਦ ਕਰਨ ਵਾਲੀ ਗੱਲ ਸੀ, ਹੱਥ ਬੰਦ ਕਰਨ ਵਾਲੀ ਗੱਲ ਸੀ, ਔਰ ਬਹੁਤ ਜ਼ਿਆਦਾ ਗੱਲਾਂ ਹੈਗੀਆਂ ਸੀ, ਕਈ ਗੱਲਾਂ ਮੈਂ ਕਰਨੀਆਂ ਸਨ, ਪਰ ਮੈਂ ਇਸ ਉਹ ਗੱਲਾਂ ਮੇਰੀਆਂ ਹੈਗੀਆਂ ਸਰਦਾਰ ਤਰਲੋਚਨ ਸਿੰਘ ਕਰਕੇ ਚਲੇ ਗਏ।
मैं दरांदा तो शायद कहते कटाश मार रहा है, कटाश मार रहा है, उस तरह कर रहा है। पर मैं ये जरूर कहूँगा कि शाम सुन तक किसी नहीं रखनी, पर गुरु महाराज जी अरदास करता कि जड़ियाँ भी पिछले समय तो साड़िया शख्सियत गई मुड़ के उन्होंने रिप्लेसमेंट नहीं आई। मैं अकाल पुरख अरदास करता सच्चे पातशाह उन्होंने शख्सियत की रिप्लेसमेंट लिया ताकि पंथ चढ़ती कला भी जाए और बिल्कुल उस जगह पर जाए जिस जगह तो यह पंथ 1920 तो शुरू होया। चीफ खालसा दवान जो इन्हों वक्त जो तरक्की की अज तक उसका फल असी लोग खा रहे हैं। मैं यही बेनती अकाल पुरख अरदास करता सच्चे पातशाह उस विछड़ी रूह नूं उस नेक रूह नूं अपने चरणां मार बख्शण, पिछे परिवार को उन्होंने नक्शे कदम से चलन की समर्था बख्शण और ये परिवार इस तरह ही पंथ में जुड़िया रहे जिस तरह ये जुड़िया है। गल हैगी कि शायद हिंदुस्तान का कोई ऐसा शहर नहीं वड्डे तो वड्डा छोटे तो छोटा जिते सरदार मनजीत सिंह नूं जाण वाले और उन्हां दी गल मनण वाले ना होण। और यही नहीं 1984 दे विच जब श्रोमणी अकाली दल की अमेरिका दे विच गल बड़ी कट रही सी प्रचार हो रहा सी उस वक्त सरदार मनजीत सिंह कलकत्ता नूं संत लौंगोवाल ने चुन के भेजा सी जा साडी गल करके आ और उन्होंने बड़ी बाखूबी उत्थे गल की जिहड़ी अकाली दल दे विच नफरत दी गल सी उसनूं हटाया। ये कई गल्लां हन जिहड़ियां अज इतिहास बन गईआं। मैं सरदार रूप सिंह दा धन्नवादी हाँ जिन्होंने जाने तो बाद भी उन्होंने पूरी गल की है और मैं बेनती करांगा कि उन्हों का इतिहास जरूर लिखण किसी वधिया बंदे को लिखाण या आप लिखण। इतनी बेनती करता श्रद्धा से होर भेंट करता। वाहिगुरु जी का खालसा वाहिगुरु जी। हार्दिक तौर पर धन्यवाद सरदार साहब का। हुण मैं बेनती करांगा पंथ के विद्वान पंजाबी यूनिवर्सिटी के सबका वाइस चांसलर डॉक्टर जसपाल सिंह जी वो अपने रंगले सज्जन को श्रद्धा सत्कार भेंट करेंगे। आज दे इस समागम दे विच श्रोमणी गुरद्वारा प्रबंधक कमेटी के बहुत सारे मैंबर साहबान MLA साहबान राजनीतिक साहब वाहिगुरु जी की फतेह फतेह का जवाब दे दिओ। वाहिगुरु जी का खालसा वाहिगुरु जी की फतेह। बहुत कुछ किया जा चुका है, मैं सिर्फ एक दो गल्लां करनियां ने। गुरु ग्रंथ साहब की बाणी का फरमान है जे जाना मर जाइए, जे जाना मर जाइए, घूमना आइए, झूठी दुनिया लग ना आप मंजाइए। बोलिए सच धर्म झूठ ना बोलिए, जो गुर दसे वाट मुरीदा जोलिए। बाबा फरीद का फरमान है जे पता है मर जाना और मरण तो बाद फिर वापस नहीं आना फिर झूठ क्यों बोलता है, फिर धर्म तो क्यों हटदा है, फिर गुरु दे दसे हुए वाट ते राह ते क्यों नहीं चलता। मैं याद आ रही सी पंक्तियाँ, मैं किसी से ढुका नहीं रहा पर मनु लगता है कि धर्म से चलन वाला सिदक नाल धर्म की पालना करन वाला और गुरु दे दसे राह ते चलन वाला जो बाबा फरीद का फरमान है जे गुर दसे वाट मुरीदा जुड़िए। जो वाट जो रस्ता मैं बहुत लंबा समा सरदार मनजीत सिंह नाल मेरा साथ रहा दोस्ती रही है दिल्ली और रेंदे रहे ने। मैं सचमुच रिवायती तौर पर अगर कोई अकाली जिहड़ा जिन्हों असी कह सकते हैं टकसाली अकाली जिन्हां मैनू लगता है रिवायती और टकसाली अकालियां दी हुण घाट महसूस हो रही है, मनजीत सिंह एक रिवायती अकाली है कलकत्ता साहब और मनजीत सिंह हुई एक टकसाली अकाली के रूप में उन्होंने सारी जिंदगी सेवा की है। मैं बहुत ज़्यादा उन्होंने प्रशंसा करना चाहता। एक मैं याद आ रही कि जो दिल्ली गुरद्वारा प्रबंधक कमेटी के लम्मा समा वो मैंबर रहे और फिर 93-94 में वो प्रधान बन गए। उन्होंने दिनों घटना वापरी दिल्ली गुरद्वारा मजनू टेला जोड़ा जमुना के कंढे है उसते अटैक किया गया, बुलडोजर लिया के उन्होंने हटाने की कोशिश की गई और मैं किधरे कॉफ़ी पी रहा सी हरिंदरपाल मेरे नाल सन उत्थे लैंडलाइन पर फोन आया कि गुरद्वारा मजनू टिले पर अटैक हो गया। मनजीत सिंह कलकत्ता प्रधान सन, मैं सीनियर मीत प्रधान सा उस वेले दिल्ली गुरद्वारा कमेटी का। मैं भज के गड्डी लैके उत्थे हरिंदरपाल नाल लैके पहुँच गया, मेरा सिर फट गया, मेरी लत्तां फ्रैक्चर हो गई
मैं होस्पिटलाइज हो गया। पर जिहड़ी वड्डी गल हुई कि उस तों बाद असी गुरद्वारा मजनू टिल्ला दा जिहड़ा थोड़ा जिहा पोर्शन कटिया सी और जिहड़ा साडे कोलों कब्जा लैना चाहुंदे सन बिटवीन यमुना और गुरद्वारा साहब, उहदे बारे बहस होनी सी और लैफ्टिनेंट गवर्नर ने सानू बुलाया कि तुहाडे कोल की आर्गूमेंट है। कई रातां कई दिन मनजीत सिंह कलकत्ता हो रही असीं फाइलां लै के बैठे रहे। आर्गूमेंट साडा इह सी इतिहास कढ लो फाइलां कढ लो। यमुना दे कंढे मजनू दा टीला, मजनू रहिंदा सी उत्थे और गुरु नानक पातशाह उहनूं मिलण आए सन। दसो यमुना ते टीले दे विचकार तुसीं कित्थों आ गए? बाबा नानक यमुना दे कंढे इक टीले ते मजनू नूं मिलण आए सन। तो इस वास्ते साडा ओ आर्गूमेंट और हिस्टोरिकल आर्गूमेंट ने अज जिहड़ा महान धार्मिक स्थान है वह साडे कोल महफूज किया। पर इहदे वास्ते दो गल्लां चाहीदियां होंदियां ने, एक नॉलेज चाहीदी है, लियाकत चाहीदी है और एक कमिटमेंट चाहीदी है। मैनूं लगता है कि मनजीत सिंह कलकत्ते विच ओह सी। एक होर मैनूं याद कि असीं सारे एक जगह पर दीवान किया जदों बहुत साडे ते संकट सी और मैं एक शेर पढ़ दिता उत्थे चूंकार मेहता साहब सामने बैठे ने, चूंकार अधमा हील ते दरगुजस्त हलाल अस्त बुरदन बा। इसे ते मुकदमा बन गया, असी जेल सानू जेल हो गई कलकत्ता साहब और 10-12 बंदे असी सारी रात जदों साडी पेशी सी उन्हें कहा जी मुकदमा ते ये है कि ये शेर सुनाया गया कि जब सब हीले खत्म हो जाए तो तलवार उठाना जायज है और शेर सुनाया गया है। सारी रात असी और मैं और मनजीत कलकत्ता जफरनामा पढ़ते रहे, आनंद लेंदे रहे सारी रात। गुरु गोबिंद सिंह पातशाह ने जफरनामा कदों लिखिया सी, कदों लिखिया सी कि जदों सारे हीले खत्म हो जाण, कदों लिखिया सी कि भाई तुरा कर नज़र अस्त लश्कर वज़र मारा निगाहस्त जजदा शुकर, है ना, कदों लिखिया सी। ये असी सारा राती पढ़ के सवेरे जदों जज के सामने पेश होए तो असी अपने वकील नूं कहा, मनजीत होरां ने बड़ी सियाणप कीती, यह गल है कि लियाकत होवे और कमिटमेंट होवे, रिस्क लैण की ताकत होवे तो गल बन जाती है। उसने कहा जी हमारे प्रोफेसर साहब हैं डॉक्टर जसपाल सिंह, ये कुछ बात करना चाहेंगे, वकील तो अपनी बात करेंगे। मैं उन्होंने एको गल की, जज साहब हम बड़े सत्कार से आपको बताना चाहते हैं ये जफरनामा कब लिखा गया, कब गुरु गोबिंद सिंह ने ये कहा था चूंकार, चार साहबजादे उनके शहीद हो गए, सारा पंथ जो है हिंदुस्तान की अजमत के लिए, हिंदुस्तान को बचाने के लिए गुरु गोबिंद सिंह पाठ। जज ने कहा जाओ तुम सबको छोड़ा। असी 14-15 बंदे, तो मनु लगता है एक बंदे विच जज्बा होवे, लियाकत होवे, दोवें गल्लां होण तां उस परमात्मा की कृपा होंदी है। मनु सिर्फ एको चिंता है, मेरे तो पहले बोलण वाले अपने अपने ढंग नाल अंदर उन्हां दे कुछ है जिहड़ा पूरा भी नहीं कह सके तां वह अपनी जगह है, पर मनु यह लगता है कि अज बड़ी सख्त लोड़ है कि सानू सिख सिद्धांतां दी, सिख संकल्पां दी, सिख रिवायत दी, सिख जिहड़े साडियां संस्थावां ने उन्हां दी सानू समझ होवे और दूजे पासे सिर तली ते रख्या होवे। ये भी जज्बा होवे कि लोड़ पवे तो मैं अपना सिर दे देंगा। मैनू एक हुण मैं रोकना ना, बस एक गल होर कहनी है। मेरे उस्ताद सन जिन्हां नाल मैं PhD की, डॉक्टर हरभजन सिंह, उन्होंने कहा कि जदों गुरु साहब ने सिर मंगया सी ना, जदों पंथ की सिरजना हुई है, उन्होंने कविता है बहुत सुनी कभी पढ़ना, तो कहते हैं कि गुरु साहब ने सिर मंगया सी तां कहिंदे ने मैं भी संगत च बैठा सा, ख्याल है कवि दा, मैं भी संगत च बैठा सा, मैं नहीं खड़ा होया। क्यों नहीं खड़ा होया? तो कहिंदे ने मेरे धड़ ते सिर ही नहीं सी उगया, हले तां सिर उगया ही नहीं सी। मनु लगता है अज सानू भी थोड़ा थोड़ा अपना सिर उगाउण दी लोड़ है, किते ये ना होवे कि साडा धड़ रह जावे और सिर जिहड़ा है जो सिर विच हुंदा है गौरव हुंदा है माण हुंदा है, मरण की चाह होंगी है, अपनी रिवायतों प्रति कमिटमेंट होंगी है, लियाकत होंगी है, ये सारा कुछ उस परमात्मा ने सिर च दिता है, जिन्हों डॉक्टर भजन सिंह कहते हैं हाली तो मेरा सिर उगया ही नहीं सी, इस वास्ते मैं नहीं खड़ा होया। जिन्हों के सिर उगया सी वो खड़े हो गए। मनु लगता है कि मनजीत सिंह याद करद सानू उस जज्बे और उस लियाकत को, मनु लगता है कि सानू सारियां सत्कार भी देना चाहिए, माण भी देना चाहिए और अपने आप में भी वह जज्बा पैदा करना चाहिए। मैं दिल्ली वालों पहला हो चुका है, बहुत सारे लोग असी आए हैं क्योंकि दिल्ली नाल बहुत लम्मा प्यार से मनजीत सिंह कलकत्ते का, मैं उन्होंने
अपने वालों प्यार सत्कार भेट करदा और सतगुरु सच्चे पातशाह दे चरणां विच यही बेनती है कि उस रूह नूं अपने चरणां विच निवास देवे और परिवार नूं भाणा मन दा बल बख्शे। वाहिगुरु जी का खालसा। हार्दिक तौर ते धन्नवाद। सर्वशक्तिमान अकाल पुरख दा शब्द रूप साहिब श्री गुरु ग्रंथ साहिब जी की हजूरी विच वड्डे वीर सरदार मनजीत सिंह जी कलकत्ता ते अरदास समागम विच शामिल गुरु प्यारी साध संगत जी आखियो जी वाहेगुरु जी का खालसा वाहेगुरु जी की फतेह। शेख हयाती जग न कोई थिर रहा जिस आसन हम बैठे केते बैस गया ते पंथक आसन विच भी साडे परिवार विच भी एक आसन अज खाली हो गया है। उन्होंने बारे मैं ज़्यादा दसदा चंगा भी नहीं लगता ते उन्होंने सारे मित्र जिन्हें ने इत्थे पहुँचे हुए ने उन्होंने सियासी मित्र उन्होंने धार्मिक मित्र सारा कुछ दस दिता है पर मैं जिदा सरदार रूप सिंह जी ने दसिया कि मेरे वो पिता समान भी सन मेरे तो 14 साल वड्डे सन मेरे नाल दिल दियाँ बहुत गल्लां करदे सन ते मेरे नाल कई बार लड़ाई भी हो जाती सी। मैं उन्होंने कहना कि तुसी सही टाइम से सही मूव नहीं चलते पर अज इत्थे जो उन्होंने श्रद्धांजलियाँ भेट हो रही ने दूरों दूरों चल के जो लोग उन्होंने अपना प्यार अर्पण करन दे लई इत्थे पहुँचे ने वो देख के मैं सोचता मैं ही गलत सी वो ठीक सी वो अपने सिद्धांतों के उपर पक्का खड़े रहे ने ते सेवक की ओढ़त निभी प्रीत जीवत साहिब सेवियो अपना चलते राखियो चीत ते ए उन्होंने एक मन की इच्छा हमेशा रही ते उन्होंने यही काम भी किया कि सारी उम्र पंथक धिरां नूं इकट्ठा करते रहे। मेरे तो पहला बुलारे भी आप जी नूं दस के गए ने कि किस तरह वो पंथक धिरां नूं इकट्ठा करते ते सरदार बलकार सिंह जी का भी लेख भी आया है उन्होंने पहला भी लिखिया है कि वो एक कुल की तरह सन कि कदे उन्होंने टौड़ा साहब ते बादल साहब नूं जोड़न दी कीती कदे संत फतेह सिंह जी ते मास्टर तारा सिंह जी नूं ते वो एक अहिजा पुल सी जिहड़ा कलकत्ते तों हो के कलकत्ते तों चल के दिल्ली ते पंजाब ते सारे हिंदुस्तान सारी दुनिया नूं उन्होंने जोड़न की कोशिश की ते अज वो पुल जे टुटिया नहीं तो जर्जरा जरूर हो गया है। उन्होंने मन दियां इच्छा मन दे विच ही रह गईयां ने ते उन्होंने एक बड़ा सोहना शेर भी लिखिया है सिरहाने मीर के जरा आहिस्ता बोलो सिरहाने मीर के जरा आहिस्ता बोलो अभी तक रोते रोते सो गया है सज्जन मेरे रंगले जाए सुते जी रान। वो मेरे वीर वड्डे भाई साहब मेरे पिता समान सन मैनू हाथ फड़ के मैं कदे माइक दे सामने दा की मैं कदे संगत दे सामने भी जाके खड़ा होके एक अक्खर नहीं बोल सकता सी। उन्होंने कहा कि हुण मैं पंजाब चला गया हाँ तो कलकत्ते दे विच पंथक सेवा तुहानू निभाउणी चाहीदी है ते मैं सरदार मनजीत सिंह जी कलकत्ता ते साडे गुरद्वारे दे प्रधान सरदार कमिकर सिंह जी ने इन्हां ने मैनू बांह फड़ के ये पंथक सेवावां दे विच लिआंदा ते मैं जदों भी कुछ थोड़ा बहुत बोलना हुंदा सी पहला तो मैं सरदार मनजीत सिंह जी नूं फोन करके पुछदा सी फिर जदों मनजीत सिंह जी बहुत मशहूर रहिंदे सी ते मेरे छोटे वीर दी तरह ने बहुत प्यार है भाई साहब भाई किशन सिंह जी संतन कुटिया वाले उन्हों तो मैं जो दो अखर भी मैं बोलने अच्छ सीखे मैं कोई बहुत चंगा बुलारा की मैं बुलारा ही नहीं तो उन्हों तो मैं ये सिक्ख्या प्राप्त की है। मैं आप सारे का धन्यवाद से कौन कौन इतने आया है वो बारे तो सरदार रूप सिंह जी आप जी विस्तार शायद दसोंगे पर एक बंदे की पॉपुलरिटी जे तुम गेज करनी हो जड़े पिंड तो हों जे शहर तो हों या जी जगह तो हों उतों किन्ने बंदे किन्ना प्यार करते हैं किन्ना उन्होंने रिप्रजेंट करते हैं उतों पता लगता है 2000 किलोमीटर तो वो कलकत्ता है ते भी तो बंदे ज़्यादा कल ही मेरे नाल फ्लाइट पर आए हैं तो होर भी इतों लोकल जोड़े रेंगे ने साडे प्रधान साहब सरदार कमिकर सिंह साडे
ਨੌਜਵਾਨਾਂ ਦੇ ਜੋ ਆਗੂ ਨੇ ਅਜੀਤ ਸਿੰਘ ਜਵੰਦਾ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ, ਅੱਜ ਕੱਲ੍ਹ ਜੋ ਉਹਨਾਂ ਦੇ ਸਭ ਤੋਂ ਪਹਿਲਾਂ ਮੈਂਟਰ ਸੀ ਸਰਦਾਰ ਖਜਾਨ ਸਿੰਘ ਜੀ, ਉਹ ਵੀ ਫੈਡਰੇਸ਼ਨ ਦਾ ਦੂਜਾ ਨਾਂ ਦੇ ਕੇ ਹੁਣ ਸਿੱਖ ਫੋਰਮ ਦੇ ਨਾਂ 'ਤੇ, ਉਹਨਾਂ ਦੇ ਸਪੁੱਤਰ ਸਰਦਾਰ ਦਲਵੀਰ ਸਿੰਘ ਜੀ, ਹੋਰ ਕਿਹਨਾਂ ਕਿਹਨਾਂ ਦਾ ਨਾਂ ਲਈਏ, ਕਲਕੱਤੇ ਤੋਂ ਇੰਨੀਆਂ ਸੰਗਤਾਂ ਆਪਣਾ ਪਿਆਰ ਲੈ ਕੇ ਆਈਆਂ ਨੇ, ਮੈਂ ਉਹਨਾਂ ਦਾ ਖਾਸ ਕਰਕੇ ਧੰਨਵਾਦੀ ਹਾਂ। ਸਾਡੀ ਬੇਨਤੀ ਪ੍ਰਵਾਨ ਕਰਕੇ ਕਾਰ ਸੇਵਾ ਭੂਰੀ ਵਾਲਿਆਂ ਦੇ ਵੀ, ਅਤੇ ਸਾਡੇ ਵੀਰ ਸਰਦਾਰ ਸੁਰਜੀਤ ਸਿੰਘ ਜੀ ਬੱਤਰਾ, ਖਾਲਸਾ ਹਾਈ ਸਕੂਲ ਦੇ ਸਕੱਤਰ, ਜੋ ਜਿੱਥੋਂ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ, ਉੱਥੋਂ ਦੇ ਸਕੱਤਰ ਸਾਹਿਬ ਮਨਜੀਤ ਸਿੰਘ ਜੀ, ਤਰਨਵੀਰ ਸਿੰਘ ਜੀ, ਇਹ ਸਾਰੇ ਜਿਹੜੇ ਪਹੁੰਚੇ ਨੇ, ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਆਓ ਅੱਜ ਸਾਰੇ ਮਿਲ ਕੇ ਅਰਦਾਸ ਕਰੀਏ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸਣੀਆਂ, ਜੇ ਹੋਵੇ ਸਾਹਿਬ ਸਿਓ ਮੇਲ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ। ਅਤੇ ਅੱਜ ਦੇ ਦੀਵਾਨ ਦੀ ਇੱਥੇ ਮੇਰੇ ਵੱਲੋਂ ਜੋ ਬੋਲਦਿਆਂ ਕੋਈ ਭੁੱਲ ਚੁੱਕ ਹੋਈ ਹੋਵੇ, ਇਹਦੇ ਲਈ ਖਿਮਾ ਜਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਤੌਰ 'ਤੇ ਧੰਨਵਾਦ ਸਰਦਾਰ ਤਜਿੰਦਰ ਸਿੰਘ ਜੀ ਵਾਲੀਆ ਦਾ। ਹੁਣ ਮੈਂ ਨਿਮਰਤਾ ਸਾਹਿਬ ਬੇਨਤੀ ਕਰਾਂਗਾ, ਪੰਥ ਦੇ ਬੁਲਾਰੇ ਸਰਦਾਰ ਸਰਦੇਵ ਸਿੰਘ ਜੀ ਭੌਰ, ਉਹ ਟੌੜਾ ਪਰਿਵਾਰ ਵੱਲੋਂ ਸਰਦਾਰ ਹਰਮੇਲ ਸਿੰਘ ਜੀ ਟੌੜਾ ਵੀ ਉਚੇਚੇ ਤੌਰ 'ਤੇ ਪਹੁੰਚੇ ਨੇ, ਭੈਣ ਜੀ ਕੁਲਦੀਪ ਕੌਰ ਵੀ ਸੰਸਕਾਰ ਵਾਲੇ ਦਿਨ ਪਹੁੰਚੇ ਸਨ, ਸਾਰੇ ਪਰਿਵਾਰ ਵੱਲੋਂ ਆਏ ਨੇ। ਮੈਂ ਭੌਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਚੰਦ ਸ਼ਬਦ ਉਸ ਮਿੱਤਰ ਪਿਆਰੇ ਬਾਰੇ ਸੰਗਤਾਂ ਦੇ ਨਾਲ ਸਾਂਝੇ ਕਰਨ। ਬਹੁਤ ਸਾਰੀਆਂ ਸ਼ਖਸੀਅਤਾਂ ਦਰਸ਼ਨ ਦੇ ਰਹੀਆਂ ਨੇ, ਸਾਰਿਆਂ ਦੇ ਨਾਂ ਲੈ ਜਾਣੇ ਮੁਸ਼ਕਲ ਹਨ, ਦੋ ਤਿੰਨ ਹੋਰ ਬੁਲਾ ਰਹੇ ਹਨ, ਕਿਰਪਾ ਕਰਕੇ ਥੋੜ੍ਹਾ ਸਮਾਂ ਹੋਰ ਦੇਣਾ ਜੀ। ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੁਭਾਏ ਮਾਨ ਸਤਿਕਾਰਯੋਗ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਨੇ ਜਿੰਨਾ ਸਮਾਂ ਸਰਦਾਰ ਮਨਜੀਤ ਸਿੰਘ ਜੀ ਨੂੰ ਇਸ ਸੰਸਾਰ 'ਤੇ ਰਹਿਣ ਲਈ ਬਖਸ਼ਿਸ਼ ਕੀਤਾ ਸੀ, ਉਹਦੀ ਉਹ ਬਹੁਤ ਸੁਚੱਜੀ ਵਰਤੋਂ ਕਰਕੇ ਸਾਡੇ ਸਭ ਪਾਸੋਂ ਸਰੀਰਕ ਤੌਰ 'ਤੇ ਰੁਖਸਤ ਹੋ ਚੁੱਕੇ ਹਨ। ਔਰ ਅੱਜ ਜੋ ਪੰਥਕ ਮਰਿਆਦਾ ਨਿਰਧਾਰਿਤ ਕੀਤੀ ਗਈ ਹੈ, ਉਹਦਾ ਪਾਲਣ ਸਰਦਾਰ ਮਨਜੀਤ ਸਿੰਘ ਦਾ ਸਮੁੱਚਾ ਪਰਿਵਾਰ ਅਤੇ ਉਹਨਾਂ ਨਾਲ ਸਰੇਹ ਰੱਖਣ ਵਾਲੇ ਸਾਰੇ ਉਸ ਮਰਿਆਦਾ ਦਾ ਪਾਲਣ ਕਰ ਰਹੇ ਹਨ। ਸਤਿਗੁਰੂ ਸਾਹਿਬ ਜੀ ਨੇ ਮਨੁੱਖਤਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ। ਮਨੁੱਖਾਂ ਨੇ ਤਾਂ ਬੜੇ ਹਿੱਸਿਆਂ ਵਿੱਚ ਵੰਡ ਦਿੱਤਾ, ਕਿਸੇ ਨੇ ਅਮੀਰੀ ਗਰੀਬੀ, ਕਿਸੇ ਨੇ ਸਿਆਣਾ ਅਤੇ ਕਮਲਿਆਂ ਦੇ ਵਿੱਚ, ਕਿਸੇ ਨੇ ਚੰਮ ਦੇ ਆਧਾਰ 'ਤੇ, ਕਿਸੇ ਨੇ ਕੰਮ ਦੇ ਆਧਾਰ 'ਤੇ, ਪਰੰਤੂ ਸਤਿਗੁਰੂ ਸਾਹਿਬ ਜੀ ਨੇ ਦੋ ਹਿੱਸਿਆਂ ਵਿੱਚ ਮਨੁੱਖਤਾ ਵੰਡੀ। ਇੱਕ ਹਿੱਸਾ ਉਹਨਾਂ ਲੋਕਾਂ ਦਾ ਜਿਹੜੇ ਮਨ ਆਇਆ ਖਾਂਦੇ ਨੇ, ਮਨ ਆਇਆ ਪੀਂਦੇ ਨੇ, ਮਨ ਆਇਆ ਹੰਡਾਉਂਦੇ ਨੇ, ਜਾਂ ਜੇ ਇਹ ਕਹਿ ਲਈਏ ਜਿਹੜੇ ਮਨ ਨੂੰ ਖੁਸ਼ ਕਰਨ ਲਈ ਜ਼ਿੰਦਗੀ ਜਿਉਂਦੇ ਨੇ, ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਮਨਮੁੱਖੇ। ਅਤੇ ਦੂਜੇ ਉਹ ਲੋਕ ਨੇ, ਦੂਜਾ ਹਿੱਸਾ ਉਹਨਾਂ ਲੋਕਾਂ ਦਾ ਜਿਹੜੇ ਗੁਰੂ ਦੇ ਹੁਕਮ ਮੁਤਾਬਕ ਖਾਂਦੇ ਨੇ, ਗੁਰੂ ਦੇ ਹੁਕਮ ਮੁਤਾਬਕ ਪੀਂਦੇ ਨੇ, ਗੁਰੂ ਦੇ ਹੁਕਮ ਮੁਤਾਬਕ ਪਹਿਨਦੇ ਨੇ, ਗੁਰੂ ਦੇ ਹੁਕਮ ਮੁਤਾਬਕ ਧਰਮ ਦੀ ਕਿਰਤ ਕਰਦੇ ਨੇ, ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਗੁਰਮੁਖ ਆਖਿਆ। ਅਤੇ ਮਹਾਰਾਜ ਨੇ ਦੋਨਾਂ ਦੇ ਬਾਰੇ ਹੀ ਬਾਣੀ ਵਿੱਚ ਇਹ ਦੱਸ ਦਿੱਤਾ, ਕਹਿੰਦੇ ਮਨਮੁੱਖ ਆਵੈ ਮਨਮੁੱਖ ਜਾਵੈ, ਮਨਮੁੱਖ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁੱਖ ਭੋਗੈ, ਗੁਰਮੁਖ ਲੇਪ ਨਾ ਮਸਾ। ਫਿਰ ਮਹਾਰਾਜ ਕਹਿੰਦੇ ਨੇ ਗੁਰਮੁਖ ਜੀਵੈ ਮਰੈ ਪ੍ਰਵਾਨ, ਆਰਜਾ ਨਾ ਛੀਜੈ ਸਬਦ ਪਛਾਣ, ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਗਣ, ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੇ ਕੁੱਲ ਸਗਰੇ ਤਾਰੇ, ਗੁਰਮੁਖ ਜਨਮ ਸਵਾਰ। ਦੁਨਿਆਵੀ ਲੋਕਾਂ ਦਾ ਜਨਮ ਇੱਕ ਵਾਰੀ ਹੁੰਦਾ ਹੈ ਮਾਤਾ ਦੀ ਕੁੱਖ ਵਿੱਚੋਂ, ਅਤੇ ਗੁਰਸਿੱਖ ਦਾ ਜਨਮ ਦੋ ਵਾਰੀ ਹੁੰਦਾ, ਇੱਕ ਮਾਤਾ ਦੀ ਕੁੱਖ ਵਿੱਚੋਂ ਅਤੇ ਇੱਕ ਸੰਗਤ ਦੀ ਕੁੱਖ ਵਿੱਚੋਂ। ਸਰਦਾਰ ਮਨਜੀਤ ਸਿੰਘ ਕਲਕੱਤਾ ਇਸ ਕਰਕੇ ਵਡਭਾਗੀ ਸਨ ਕਿ ਉਹਨਾਂ ਦਾ ਜਨਮ ਵੀ ਗੁਰਮੁਖ ਪਰਿਵਾਰ ਵਿੱਚ ਹੋਇਆ, ਜਿੱਥੋਂ ਗੁਰਮਤ ਦੀਆਂ ਲੋਰੀਆਂ ਲੈ ਕੇ ਉਹ ਪ੍ਰਵਾਨ ਚੜ੍ਹੇ। ਔਰ ਵਡਿਆਈ ਇਸ ਗੱਲ ਦੀ ਰਹੀ ਕਿ ਜਦੋਂ ਪ੍ਰਵਾਨ ਚੜ੍ਹੇ, ਉਹਨਾਂ ਦਾ ਜਿਹੜੇ ਗੁਰਮੁਖਾਂ ਨਾਲ ਸੰਬੰਧ ਬਣਿਆ, ਉਹ ਗੁਰਮੁਖ ਪਹਿਲਾਂ ਹੀ ਗੁਰਮੁਖਤਾਈ ਵਿੱਚ ਓਤ ਪੋਤ ਸਨ, ਉਹਨਾਂ ਨੇ ਐਸੀਆਂ ਅਸੀਸਾਂ ਦਿੱਤੀਆਂ। ਕਲਕੱਤੇ ਵਿੱਚ ਪੈਦਾ ਹੋਇਆ ਸਰਦਾਰ ਮਨਜੀਤ ਸਿੰਘ ਕਲਕੱਤੇ ਦੀ ਸ਼ਾਨ ਬਣ ਗਿਆ। ਬਹੁਤ ਵਿਦਵਾਨ ਲੋਕ ਕਲਕੱਤੇ ਵਿੱਚ ਪੈਦਾ ਹੋਏ ਹੋਣਗੇ, ਬੜੇ ਤਾਕਤਵਰ ਬੜੇ ਰਾਜਸੀ ਲੋਕ ਪੈਦਾ ਹੋਏ ਹੋਣਗੇ, ਪਰ ਜੇ ਕਲਕੱਤੇ ਨੂੰ ਸਰਦਾਰ ਮਨਜੀਤ ਸਿੰਘ ਨੇ ਕਲਕੱਤਾ ਸਾਹਿਬ ਬਣਾ ਦਿੱਤਾ ਤਾਂ ਉਹਦੀ ਵਡਿਆਈ ਸੀ।
उन्हें कलकत्ते दियां बलगना चो बाहर निकल के पंथक सेवा के खेतर में दिल्ली कमेटी के प्रधान तक पहुंचन, फिर उतों पंथ की सिरमौर संस्था श्रोमणी गुरद्वारा प्रबंधक कमेटी में अगवाई ही नहीं देनी। औखे समय में जो संस्था में ऐसे हालात सन, तनखा देने लई भी पैसा नहीं सी, उस वक्त अगवाई संभाल के उस संस्था नूं वकारी संस्था का माण सत्कार देना, ये उन्हां दी वडियाई सी। और सरदार मनजीत सिंह कलकत्ता एक ऐसा हरफ बन गया जिसनों हमेशा ही पंथ प्रस्त याद करते रहेंगे। ये गल ठीक कही गई कि इतों चलिया जाए हर एक दे जान तो बाद उस शख्सियत दे जीवन काल बारे चर्चा होती है, जिवें अज कलकत्ता साहब दे जान तो बाद उन्हां दी याद में बेखौफ आगू निडर इंसान जिस दिन उन्होंने दोहरे श्रोमणी गुरद्वारा प्रबंधक कमेटी की सेवा संभाली है, उस वेले कोई इंसान उस सेवा लैन नूं तैयार नहीं सी, सारे ही उस कुर्सी ते बहन तो डरदे सन, लेकिन जिस बेबाकी दे नाल जिस दलेरी दे नाल बेखौफ मनजीत सिंह जी कलकत्ता ने वह सेवा सामी, मैं समझना वह के करन दे समर्थ सन। इन्ने आग्याकार जे लोड़ पई कित कुरबानी करन दी वजारत नहीं वेखी, उन्हां दे जीवन की बड़ी अजीम घटना आ, जदों सरदार प्रकाश सिंह जी बादल प्रधान बन लगे, वह श्रोमणी अकाली दल का प्रधान नहीं सन बनते, उन्हां दे मन विच सी कि जो उस वेले श्रोमणी अकाली दल का प्रधान बनता सी उहदा सारा जीवन गुरमत अनुसार होंदा सी, उहदी जीवन जाच सारी गुरमर्यादा अनुसार हुंदी सी। सरदार मनजीत सिंह जी कलकत्ता मेरे घर मेरे बैडरूम में मेरे नाल रहणगे, मैनू गुरमत की जुगत दस देणगे, ते तां मैं श्रोमणी अकाली दल की प्रधानगी प्रवान करदा हां। उन्हां नूं सारी गुरमर्यादा केड़ी बाणी सुबह पढ़नी है केड़ी शाम नूं पढ़नी है केड़ी मर्यादा धारण करनी है वह सरदार कलकत्ता साहब ने दसी। ऐसियां शख्सियतां इस समाज में खास करके खालसा पंथ में मिलनियां बड़िया मुश्किल ने। मैनू एक शायर का लिखिया याद आया कि हजारों साल नरगस अपनी बेनूरी पे रोती है, हजारों साल नरगस अपनी बेनूरी पे रोती है, बड़ी मुश्किल से होता है चमन में दीदावर पैदा। सरदार कलकत्ते के इंसान खालसा पंथ में पैदा होने मुश्किल आ, बड़ा वड्डा घाटा पिया। गुरु महाराज बख्शिश करन कृपा करन कि जिस दृढ़ता से जिन्ना आदर्शों से जिन्ना असूलों से उन्होंने पहरा दे के जिंदगी बतीत की है, परमात्मा को सानू भी नसीब होए। मैं केवल दो बुलारे होर ने, मैं बेनती करांगा भैन जी किरणजोत कौर जी नूं कि वह दो मिनटों वास्ते आ के श्रद्धा सत्कार भेट कर। गुरु नानक एजुकेशन ट्रस्ट गुजर खान ऑल इंडिया आलूवालिया मुक्त सभा गुरु गोबिंद सिंह स्टडी सर्कल ते सेवा मुक्त कर्मचारी श्रोमणी गुरद्वारा प्रबंधक कमेटी बाबा जस्सा सिंह जी आलूवालिया वेलफेयर भाई गुरपाल सिंह जी बाबा कश्मीर सिंह जी भूरीवाल वालों बहुत सारिया संस्थावां वालों शोक मते आए ने। भैन जी किरणजोत कौर जी मनजीत सिंह जी कलकत्ता दे विजोग विच जुड़ बैठी सात संगत, आओ फतेह दी सांझ करिए, वाहेगुरु जी का खालसा वाहेगुरु जी की फतेह।
ਮੈਂ ਬੈਠ ਕੇ ਬੁਲਾਰਿਆਂ ਕੋਲੋਂ ਇਤਿਹਾਸ ਸੁਣ ਰਹੀ ਸੀ ਕਿਉਂਕਿ ਇਤਿਹਾਸ ਦੇ ਵਿੱਚ ਕੁਛ ਕਿਰਦਾਰ ਹੁੰਦੇ ਜਿਨ੍ਹਾਂ ਦੀ ਕਦੀ ਮੁੜ ਅਜਿਹੀਆਂ ਕਹਾਣੀਆਂ ਬਣਦੀਆਂ ਹਨ ਜਿਹੜਾ ਇਤਿਹਾਸ ਸਾਨੂੰ ਸੇਧ ਦਿੰਦਾ ਤਾਂ ਮਨਜੀਤ ਸਿੰਘ ਜੀ ਕਲਕੱਤਾ ਦੇ ਨਾਲ ਮੇਰਾ ਜੋ ਸੰਬੰਧ ਸੀ ਉਹ ਥੋੜ੍ਹਾ ਨਿੱਜੀ ਸੀ ਗੱਲਾਂ ਕਰ ਦਿੰਦੇ ਨੇ ਤੇ ਡਾਕਟਰਾਂ ਦੀ ਵੀ ਇਹ ਸਲਾਹ ਸੀ ਅਗਰੇਵਾਲ ਸਾਹਿਬ ਬੈਠਾ ਡਾਕਟਰ ਸਾਹਿਬ ਆਮ ਤੌਰ ਤੇ ਰਾਏ ਦਿੰਦੇ ਆ ਵੀ ਵੈਂਟੀਲੇਟਰ ਲੱਗਿਆ ਹੋਵੇ ਨਾ ਸ਼ਿਫਟ ਕੀਤਾ ਜਾਵੇ ਤੇ ਉਸ ਸਥਿਤੀ ਵਿੱਚੋਂ ਗੁਜ਼ਰੇ ਪਰ ਮਨ ਤੇ ਬੋਝ ਦੂਜਾ ਮਨ ਤੇ ਬੋਝ ਇਹ ਕਿ ਅੱਜ ਸਾਡੇ ਹਿੰਦੁਸਤਾਨ 'ਚ ਸਰਕਾਰ ਆ ਬੰਗਾਲ ਦੇ ਵਿੱਚ ਜਿਹੜੀ ਸਰਕਾਰ ਭਾਵੇਂ ਨਹੀਂ ਪਰ ਸਾਡੀ ਕਾਫੀ ਨੇੜਤਾ ਹੈ ਪਰ ਪਰਿਵਾਰ ਨੂੰ ਇੱਕ ਸੰਕਟ ਦੀ ਘੜੀ ਆਈ ਉਹ ਵੀ ਉਹਨਾਂ ਦੇ ਮਨ 'ਤੇ ਵੀ ਉਹਨਾਂ ਦੀ ਬੇਟੀ ਦੇ ਮਨ 'ਤੇ ਵੀ ਉਹ ਬੋਝ ਰਿਹਾ ਅੱਜ ਵੀ ਸਾਡੇ ਮਨ 'ਤੇ ਬੋਝ ਆ ਸੋ ਕਈ ਗੱਲਾਂ ਸਮਾਜਿਕ ਜੀਵਨ ਦੇ ਵਿੱਚ ਅਸੀਂ ਜਦੋਂ ਇੱਕ ਦੂਜੇ ਨਾਲ ਨਿਭਦੇ ਹਾਂ ਤਾਂ ਅਸੀਂ ਇੱਕ ਦੂਜੇ ਦਾ ਸਾਥ ਨਿਭਾਉਣ ਦਾ ਯਤਨ ਕਰਦੇ ਹਾਂ ਪਰ ਕਈ ਵਾਰ ਬੇਬਸ ਹੁੰਦੇ ਹਾਂ ਪਰ ਮੈਂ ਇੱਕ ਗੱਲ ਬੜੇ ਮਨ ਨਾਲ ਗੌਰਵ ਨਾਲ ਔਰ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਸਹੀ ਮਾਇਨਿਆਂ ਵਿੱਚ ਅਕਾਲੀ ਕਿਹੋ ਜਿਹਾ ਹੋਣਾ ਚਾਹੀਦਾ ਅਕਾਲੀ ਦਲ ਦਾ ਪਹਿਰਾਵਾ ਸੋਚ ਵਿਵਹਾਰ ਆਚਰਨ ਕਿਹੋ ਜਿਹਾ ਹੋਣਾ ਚਾਹੀਦਾ ਇਹ ਸਾਰੀਆਂ ਗੱਲਾਂ ਦਾ ਜੇ ਕਿਸੇ ਨੇ ਕੋਈ ਦੇਖਣਾ ਹੋਵੇ ਤਾਂ ਸਾ ਮਨਜੀਤ ਸਿੰਘ ਕਲਕੱਤੇ 'ਚੋਂ ਲੱਭੀਆਂ ਜਾ ਸਕਦਾ ਸੋ ਬਹੁਤ ਵੱਡਾ ਸਾਡੇ ਲਈ ਉਹ ਇੱਕ ਚਾਨਣ ਮਰਾਰਾ ਸੀ ਮੇਰੇ ਤਾਂ ਉਹ ਬਹੁਤ ਹੀ ਨਜ਼ਦੀਕੀ ਮਿੱਤਰਾਂ 'ਚੋਂ ਮੈਂ ਪਰਿਵਾਰ ਨੂੰ ਇਹੀ ਵਿਸ਼ਵਾਸ ਦਵਾ ਸਕਦਾ ਬੇਟੇ ਨੂੰ ਬੇਟੀਆਂ ਨੂੰ ਕਿ ਉਹਨਾਂ ਨੇ ਪੰਥ ਲਈ ਜੋ ਸੇਵਾ ਦਾ ਸਰਮਾਇਆ ਕਮਾ ਕੇ ਗਏ ਨੇ ਪਰਿਵਾਰ ਨੂੰ ਹਮੇਸ਼ਾ ਉਹਦੇ ਮਾਣ ਅਤੇ ਗੌਰਵ ਰਹੇਗਾ ਰਹਿਣਾ ਚਾਹੀਦਾ ਔਰ ਅਸੀਂ ਇਹੀ ਵਿਸ਼ਵਾਸ ਅੱਜ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਬੈਠੀ ਆ ਸਾਡੇ ਪ੍ਰਧਾਨ ਸਾਹਿਬ ਨੇ ਚੇਚੇ ਤੌਰ 'ਤੇ ਸਤਿ ਸ਼੍ਰੀ ਅਕਾਲ ਬਾਦਲ ਹੋਰਾਂ ਨੇ ਕਿਹਾ ਸੀ ਬਾਦਲ ਸਾਹਿਬ ਵੀ ਮੈਨੂੰ ਬਰਨਾਲਾ ਸਾਹਿਬ ਦੀ ਬਰਸੀ 'ਤੇ ਮਿਲੇ ਸੀ ਕਹਿੰਦੇ ਮੇਰੀ ਵੀ ਜ਼ਰੂਰ ਹਾਜ਼ਰੀ ਲਾਵੇ ਮੇਰਾ ਖਿਆਲ ਜਿੱਦਣ ਅੰਮ੍ਰਿਤਸਰ ਆਏ ਜ਼ਰੂਰ ਪਰਿਵਾਰ 'ਚ ਆ ਕੇ ਜਾਣਗੇ ਅਤੇ ਅੱਜ ਮੀਰਾਂ ਕੋਟ ਸਾਹਿਬ ਸਾਡੇ ਚੇਅਰਮੈਨ ਸਾਹਿਬ ਔਰ ਹੋਰ ਸਾਡੇ ਆਪਣੇ ਮਹਿਤਾ ਸਾਹਿਬ ਮੇਰਾ ਖਿਆਲ ਸ਼੍ਰੋਮਣੀ ਅਕਾਲੀ ਦਲ ਦੇ ਅਗਲੇ ਕਿਰਦਾਰ ਦੇ ਭਾਈ ਸਾਹਿਬ ਭਾਈ ਰਾਮ ਸਿੰਘ ਸਾਰੀ ਜਿੰਨੀ ਲੀਡਰਸ਼ਿਪ ਆ ਸਾਰੀ ਹਾਜ਼ਰੀ ਭਰ ਰਹੀ ਆ ਔਰ ਇਸ ਗੱਲ ਦਾ ਅਹਿਸਾਸ ਕਰ ਰਹੀ ਆ ਕਿ ਪੰਥ ਦਾ ਔਰ ਅਕਾਲੀ ਦਲ ਦਾ ਇੱਕ ਬੇਬਾਕ ਨਿਤੜਕ ਜਰਨੈਲ ਸਾਡੇ ਤੋਂ ਚਲਿਆ ਗਿਆ ਪਰ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਮੰਨ ਕੇ ਚੱਲਣ ਦੀ ਜੋ ਸਾਨੂੰ ਪ੍ਰੇਰਨਾ ਸਾਡੀ ਬਾਣੀ ਤੋਂ ਮਿਲਦੀ ਆ ਉਹ 'ਤੇ ਅਮਲ ਕਰਦੇ ਹੋਏ ਅਸੀਂ ਇਹ ਭਾਣਾ ਮੰਨਣਾ ਔਰ ਪਰਿਵਾਰ ਉਸੇ ਸੋਚ 'ਤੇ ਚੱਲਣ ਵਾਲਾ ਇਸ ਗੱਲ ਦਾ ਸਾਨੂੰ ਮਾਣ ਆ ਸੋ ਮੈਂ ਦੂਜੇ ਵੀ ਭਾਵੇਂ ਸਾਡੇ ਤੋਂ ਅਲੱਗ ਹੋਏ ਜਿਵੇਂ ਸਾ ਇੰਦਰਜੀਤ ਸਿੰਘ ਜੀਰਾ ਜੀ ਹੁਣ ਤਾਂ ਛਿੰਨਾ ਸਾਹਿਬ ਸਾਡੇ ਨਾਲ ਹੋਰ ਸਾਰੇ ਬਹੁਤ ਸਾਰੇ ਸੱਜਣ ਕਿੰਨੇ ਵਿਦਵਾਨ ਦਿੱਲੀ ਕਲਕੱਤੇ ਤੋਂ ਚੱਲ ਕੇ ਆਏ ਨੇ ਮੈਂ ਸਾਹਿਬ ਅਮਰੀਕ ਸਿੰਘ ਖਲੀਲਪੁਰ ਸਾਹਿਬ ਗੁਰਦਾਸਪੁਰ ਜ਼ਿਲ੍ਹਾ ਬੈਠਾ ਵੱਡੀ ਗਿਣਤੀ ਕਸ਼ਮੀਰ ਸਿੰਘ ਹੋਣੀ ਸੋ ਮੈਂ ਸਾਰਿਆਂ ਵੱਲੋਂ ਜਿੱਥੇ ਆਪਣੇ ਉਸ ਬਹੁਤ ਪਿਆਰੇ ਮਿੱਤਰ ਨੂੰ ਸ਼ਰਧਾ ਸਤਿਕਾਰ ਭੇਟ ਕਰਦਾ ਉੱਥੇ ਮੈਂ ਬੇਨਤੀ ਕਰਾਂਗਾ ਆਪਣੀ ਸਾਰੀ ਲੀਡਰਸ਼ਿਪ ਨੂੰ ਕਿਉਂਕਿ ਉਹ ਪੰਥ ਦੀ ਸੇਵਾ ਕੀਤੀ ਆ ਪੰਥ ਦੀਆਂ ਦੋਵੇਂ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕੀਤੀ ਆ ਉਹਨਾਂ ਨੇ ਸੋ ਅਸੀਂ ਚਾਹਾਂਗੇ ਕਿ ਪਰਿਵਾਰ ਨੂੰ ਉਹ ਵਿਰਾਸਤ ਜਿਹੜੀ ਹੈ ਉਹ ਚੱਲਦੀ ਰਹੇ ਪਰਿਵਾਰ ਦੇ ਮੈਂ ਸਰਕਾਰ ਸਾਹਿਬ ਪ੍ਰਿੰਸੀਪਲ ਜਗਦੀਸ਼ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਮੇਰੀ ਸੁਣ ਲਓ ਜਰਾ ਤੁਸੀਂ ਕਲਕੱਤੇ ਆਏ ਹੋ ਅੰਮ੍ਰਿਤਸਰ ਜਿਹੜੀ ਸੁਣ ਲਓ ਪਿਆਰੇ ਖਾਲਸਾ ਜੀ ਬਹੁਤ ਬਹੁਤ ਉੱਚੀਆਂ ਗੱਲਾਂ ਸਰਦਾਰ ਮਨਜੀਤ ਸਿੰਘ ਬਾਰੇ ਹੋਈਆਂ ਜਿਨ੍ਹਾਂ ਨੇ ਜੋ ਕੁਝ ਕਿਹਾ ਬਹੁਤ ਵਧੀਆ ਤੁਹਾਡਾ ਧੰਨਵਾਦ ਕਲਕੱਤਾ ਸਾਹਿਬ 85 'ਚ ਇੱਥੇ ਪਹੁੰਚੇ ਨੇ ਕਲਕੱਤਿਓਂ ਦਿੱਲੀ ਦਿੱਲੀਓਂ ਅੰਮ੍ਰਿਤਸਰ ਉਹਨਾਂ ਦਾ ਜਦੋਂ ਆਏ ਨੇ ਤਾਂ ਮੈਨੂੰ ਆਪ ਹੀ ਤਾਂ ਦੱਸੇ ਵੀ ਜਦੋਂ ਮੈਂ ਆਇਆ ਸਾਂ ਇੱਥੇ ਕੁਝ ਕੁ ਲੋਕ ਮੈਨੂੰ ਜਾਣਦੇ ਸੀ ਅਤੇ ਮੈਂ ਕਿਹਾ ਹੁਣ ਸਾਰੇ ਤੁਹਾਨੂੰ ਜਾਣਦੇ ਨੇ ਸਾਨੂੰ ਕੋਈ ਨਹੀਂ ਜਾਣਦਾ ਉਸ ਵੇਲੇ ਸਰਦਾਰ ਭਾਨ ਸਿੰਘ ਜਿਨ੍ਹਾਂ ਦਾ ਨਾਂ ਕਿਸੇ ਨਹੀਂ ਲਿਆ ਐਡੀ ਵੱਡੀ ਸ਼ਖਸੀਅਤ
ਤੇ ਕਲਕੱਤਾ ਸਾਹਿਬ ਦੇ ਗਾਈਡ ਤੇ ਕਲਕੱਤਾ ਸਾਹਿਬ ਨੂੰ ਪਿਆਰ ਕਰਨ ਵਾਲੇ ਤੇ ਅੱਗੇ ਵਧਾਉਣ ਵਾਲੇ ਸਰਦਾਰ ਭਾਨ ਸਿੰਘ ਸਨ। 84 ਹੋ ਗਿਆ ਸਰਦਾਰ ਕਲਕੱਤਾ ਸਾਹਿਬ ਜਦੋਂ ਆਏ ਨੇ ਉਦੋਂ ਪੰਥ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਸਾਰੇ ਲੀਡਰ ਜਿਹੜੇ ਸੀ ਉਹ ਅੰਦਰੋਂ ਅੰਦਰ ਹੀ ਵੜੇ ਸੀ, ਕੁਝ ਜੇਲ੍ਹਾਂ ਵਿੱਚ ਸਨ। ਔਰ ਉਸ ਵੇਲੇ ਜੇ ਕੋਈ ਮਰਦ ਗਮਰਾ ਗੱਲ ਕਰ ਸਕਦਾ ਸੀ ਤੇ ਉਹ ਸਰਦਾਰ ਮਨਜੀਤ ਸਿੰਘ ਕਲਕੱਤਾ ਸੀ ਤੇ ਨਾਲ ਸਰਦਾਰ ਪ੍ਰਕਾਸ਼ ਸਿੰਘ ਮਜੀਠਾ ਸੀ, ਸਰਦਾਰ ਭਵਨ ਸਿੰਘ ਸੀ, ਅਸੀਂ ਸਾਰੇ ਸਾਂ ਜਿਹੜੇ ਉਹਨਾਂ ਨੂੰ ਸਪੋਰਟ ਕਰਦੇ ਸਾਂ। ਤੇ ਸਰਦਾਰ ਕਲਕੱਤਾ ਪਤਾ ਰਹਿੰਦਾ ਕਿੱਥੇ ਸੀ? ਚੰਦੂ ਮਾਜਰਾ ਜੀ ਮਜੀਠਾ ਰੋਡ ਤੇ 175 ਗਜ਼ਾਂ ਦੇ ਘਰ ਦੇ ਵਿੱਚ, ਜਿਹਦੇ 'ਚ ਇੱਕ ਕਮਰਾ ਅੱਗੇ ਸੀ ਤੇ ਦੋ ਕਮਰੇ ਡਿੱਗੇ ਡਿੱਗੇ ਪਿੱਛੇ ਸੀ ਤੇ ਨਾਲ ਰਸੋਈ ਸੀ। ਉਸ ਘਰ ਦੇ ਵਿੱਚੋਂ ਮਨਜੀਤ ਸਿੰਘ ਕਲਕੱਤਾ ਵਜ਼ੀਰ ਵੀ ਬਣ ਗਿਆ ਤੇ ਉੱਥੇ ਹੀ ਰਿਹਾ। ਮੈਂ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਕਰਦਾ ਭੁੱਲੋ ਚੁੱਕਾ ਦੀ ਕਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਆ, ਠੀਕ ਮਨਾਇਆ ਉਧਰ ਲਈ ਨਹੀਂ ਆਪਣੇ ਵਰਕਰ ਦੇ ਤੌਰ ਤੇ ਵੀ ਜਾਂਦੇ ਹੁੰਦੇ ਜਿੱਥੇ ਜਾਂਦੇ ਹੁੰਦੇ ਜਿਹੜੇ ਸਮਾਏ ਹੋਏ ਸਨ ਵਰਕਰਾਂ ਦੇ ਜਦ ਸਮਾਏ ਸਨ। ਜਾਵਾਂਗੇ